ਪਾਸੇ ਦੀ ਪੂਰੀ ਕੋਸ਼ਿਸ਼ ਕਰਨ ਆਇਆ ਮੇਰੇ ਵੀਰੋ ਸਾਹਮਣੇ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਰ ਸਿੰਘਾਂ ਤੋਂ ਫੜ ਕੇ ਲਾ ਕੇ ਬਲ ਕਿਸੇ ਨੂੰ ਹੁੰਦਾ ਡੇਗਣ ਦਾ ਰਾਜੇ ਖੇਲੇ ਅੜਮ ਪੰਜਾਬੀ ਰੱਥ ਦੇ ਜਿਗਰਾ ਤੁਹਾਡੀ ਖੇਡਣ ਦਾ ਹੈਦਰ ਮੁਸਤਾਕ ਨਾਇਆ ਨਾ ਮੇਰੇ ਵੀਰੋ ਮੁਹੰਮਦ ਪਰਿਵਾਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੁਣ ਸਾਹਮਣੇ ਨੌਜਵਾਨਾਂ ਦਾ ਫੁੱਲੀਵਾਲ ਪਿੰਡ ਹੈ ਮੇਰੇ ਵੀਰੋ ਇਸ ਵੇਲੇ ਕਹਿੰਦੇ ਨੌਜਵਾਨ ਕੌਣ ਟਰਾਈ ਕਰੇਗਾ ਸਾਹਮਣੇ ਮੈਦਾਨ ਦੇ ਵਿੱਚ ਜੱਫਾ ਲਾਉਣੇ ਦੀ ਕਿੱਦਾਂ ਜੱਫਾ ਕਿੱਦਾਂ ਜੱਫਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਕਹਿੰਦੇ ਨੌਜਵਾਨ ਲਾਉਣ ਦੀ ਕੋਸ਼ਿਸ਼ ਕਰਨਾ ਹੋਇਆ ਪਰ ਪੁਆਇੰਟ ਜਿਹੜਾ ਨੌਜਵਾਨ ਮੁਸਤਾਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹਾਂ ਨੌਜਵਾਨ ਚਰਨਾ ਨਾਮ ਹੈ ਇੱਕ ਢੱਲੇ ਕੇ ਪਿੰਡ ਦਾ ਇੱਕ ਆਹ ਨੌਜਵਾਨ ਇਸ ਵੇਲੇ ਮੇਰੇ ਵੀਰੋ ਕਬੱਡੀ ਵੱਧ ਕੇ ਪਾਉਂਦਾ ਆ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਉਧਰ ਕਹਿੰਦੇ ਮੇਰੇ ਵੀਰੋ ਇਸ ਵੇਲੇ ਪਈ ਹੋਈ ਕਬੱਡੀ ਤੇ ਕਿ ਬੀਣੀ ਨਾ ਮਰੋੜ ਮੇਰੀ ਬੰਗ ਟੁੱਟ ਜਾਊਗੀ ਬੰਗ ਟੁੱਟ ਗਈ ਤੇ ਸਾਰੀ ਸੰਗ ਟੁੱਟ ਜਾਊਗੀ ਉਧਰ ਪੁਆਇੰਟ ਜਿਹੜਾ ਨੌਜਵਾਨ ਮੇਰੇ ਵੀਰੋ ਆਪਣੀ ਟੀਮ ਦੇ ਜੋੜਦਾ ਆ ਆ ਮੇਰੇ ਵੀਰੋ ਲੰਬੀ ਬਾਰੀ ਦਾ ਘੋੜਾ ਕੋਰੀ ਖੁੱਲ ਕੇ ਦਾੜੀ ਮਾਰ ਰਹੇ ਹੋ ਅਮਰਜੀਤ ਸਿੰਘ ਨਾਮ ਹੈ ਕਹਿੰਦੇ ਸਾਰਾ ਪਰਿਵਾਰ ਮੇਰੇ ਵੀਰੋ ਕੈਨੇਡਾ ਵੱਸਦਾ ਇਹ ਨੌਜਵਾਨ ਇਕੱਲਾ ਹੀ ਇੱਥੇ ਰਹਿੰਦਾ ਨੌਜਵਾਨਾਂ ਨੂੰ ਕਹਿੰਦੇ ਸਿਖਲਾਈ ਵੀ ਦਿੰਦਾ ਅਮਰਜੀਤ ਸਿੰਘ ਨਾਮ ਹੈ ਮੇਰੇ ਵੀਰੋ ਉਧਰ ਨੌਜਵਾਨ ਗੱਗੀ ਨੂੰ ਟੱਚ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਆ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਜਵਾਨਾ ਫਿਰ ਪਾ ਕਬੱਡੀ ਉਧਰ ਮੇਰੇ ਵੀਰੋ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਚੜ ਚੜ ਕੇ ਕਬੱਡੀਆਂ ਪੈਂਦੀਆਂ ਹੋਈਆਂ ਨੇ ਸਾਹਮਣੇ ਨੌਜਵਾਨ ਅਲੀਪੁਰੀ ਆ ਕਹਿੰਦੇ ਧੰਨੇ ਦਾ ਪਿੰਡ ਹੈ ਅਲੀਪੁਰ ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੋੜਦਾ ਆ ਚੱਲ ਵੀ ਮੁਸਤਾਕ ਫਿਰ ਪਾ ਕਬੱਡੀ ਹੈਦਰ ਮੁਸਤਾਕ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬੰਦਾ ਹੋਇਆ ਨੌਜਵਾਨ ਨੇ 10-15 ਕਦਮ ਜਿਹੜੇ ਜਾਫੀਆਂ ਵੱਲ ਵਧਾਏ ਨੇ ਇਉਂ ਨਹੀਂ ਝੁਕਿਆ ਵੀ ਈਨ ਮੰਨਦਾ ਜਾਂ ਡਰਦਾ ਇਉਂ ਝੁਕਿਆ ਕਿ ਕੋਈ ਜਾਫੀ ਮੇਰੀਆਂ ਲੱਤਾਂ ਨੂੰ ਨਾ ਲੱਗ ਜਾਵੇ ਕੋਈ ਜਾਫੀ ਜਿਹੜਾ ਮੇਰੀਆਂ ਲੱਤਾਂ ਨੂੰ ਨਾ ਲੱਗ ਜਾਵੇ ਹਜ਼ਰ ਨੌਜਵਾਨ ਭਲਵਾਨ ਟਰਾਈ ਕਰਦਾ ਤੇ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਜੋੜਦਾ ਹੋਇਆ ਅਗਲਾ ਮੈਚ ਜਿਹੜਾ ਜਲਾਲ ਤੇ ਸੇਖੇ ਦਾ ਆਉਣਾ ਹੈ ਇਹ ਵੀ ਵੀਰ ਜਿਹੜੇ ਜਲਦੀ ਨਾਲ ਆ ਜਾਣ ਜਲਾਲ ਤੇ ਸੇਖੇ ਦਾ ਮੈਚ ਆਉਣਾ ਹੈ ਉਧਰ ਕਹਿੰਦੇ ਸਰਬੇ ਬਲਜੀ ਮਾਲਵੇ ਪਿੰਡ ਲੱਗੇ ਆ ਰੌਣਕਾਂ ਨੇ ਅੱਜ ਮੈਦਾਨ ਦੇ ਵਿੱਚ ਕਹਿੰਦੇ ਦੁਨੀਆ ਭਰ ਦੇ ਸਤਾਰਾਂ ਦੀ ਸ਼ਿਰਕਤ ਹੋਣੀ ਹੈ ਹਜ਼ਰ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਤੇ ਨੌਜਵਾਨ ਅਲੀਪੁਰੀਆ ਕਹਿੰਦੇ ਇਸ ਵੇਲੇ ਇੱਕ ਜ਼ੋਰ ਦੇ ਨਾਲ ਡੱਕਣਾ ਆ ਰੱਖੂ ਜਾਂ ਨਹੀਂ ਇਹ ਤਾਂ ਸਮੇਂ ਦੀਆਂ ਬਾਤਾਂ ਆਉਣੀਆਂ ਨੇ ਸਮੇਂ ਦੀਆਂ ਬਾਤਾਂ ਆਉਣੀਆਂ ਨੇ ਮੇਰੀ ਵੀਰੋ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੋੜਦਾ ਆ ਮੈਂ ਵੀ ਅਮਰਜੀਤ ਫਿਰ ਪਾ ਕਬੱਡੀ ਹੈਦਰ ਅਮਰਜੀਤ ਕਬੱਡੀ ਮਾਉਂਦਾ ਆ ਅਲੀਪੁਰ ਖਾਲਸਿਆਂ ਦਾ ਕਹਿੰਦੇ ਨੌਜਵਾਨ ਗੋਰਾ ਨਿਸ਼ੋਰ ਰੰਗ ਹੈ ਲੰਬੀ ਬਾਰੀ ਦਾ ਘੋੜਾ ਕਹਿ ਲਈਏ ਨੌਜਵਾਨ ਅਗਲੀ ਕਬੱਡੀ ਪਾਉਂਦਾ ਆ ਮੇਰੇ ਵੀਰੋ ਖਾਲਸਾ ਨੌਜਵਾਨ ਕਹਿੰਦੇ ਖਾਲਸਾ ਮੇਰੇ ਵੀਰੋ ਸਿਲ ਕਬੱਡੀ ਪਾਉਂਦਾ ਆ ਸਾਹਮਣੇ ਨੌਜਵਾਨ ਠੁੱਲੀ ਵਾਲੀਆਂ ਸਿਲੇ ਪੂਰੀ ਜ਼ੋਰ ਦਾ ਟਰਾਈ ਕਰਦਾ ਆ ਮੇਰੇ ਵੀਰੋ ਪੂਰੀ ਜ਼ੋਰ ਦਾ ਟਰਾਈ ਕਰਦਾ ਆ ਇੱਕ ਵਾਰੀ ਖੁੱਲ ਕੇ ਦਾੜੀ ਮਾਰ ਦਿਓ ਮੇਰੇ ਵੀਰੋ ਪਰ ਪੁਆਇੰਟ ਜਿਹੜਾ ਅਮਰਜੀਤ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਚੱਲ ਵੀ ਜਵਾਨਾ ਗੋਰਿਆ ਫਿਰ ਪਾ ਕਬੱਡੀ ਇੱਧਰ ਅਗਲੀ ਕਬੱਡੀ ਫਿਰ ਪਾਉਂਦਾ ਆ ਮੇਰੇ ਵੀਰੋ ਮੈਦਾਨ ਦੇ ਵਿੱਚ ਨਾਈਆਂ ਫਿਰ ਬਲ ਕੇ ਪਾਉਂਦਾ ਆ ਹੁਣ ਗਿਆਨੀ ਨਾਈਆਂ ਮੇਰੇ ਵੀਰੋ ਦਾ ਕੌਣ ਜੱਫਾ ਲਾਊਗਾ ਆ ਵੀ ਨਾਈਆਂ ਕਹਿੰਦੇ ਅਮਰਜੀਤ ਦਾ ਚੰਡਾ ਪੱਠਾ ਮੇਰੇ ਵੀਰੋ ਇਸ ਵੇਲੇ ਨਾਈਆਂ ਪੂਰੀ ਟਰਾਈ ਕਰਦਾ ਆ ਪਰ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜ ਰਿਹਾ ਚੱਲ ਵੀ ਜਵਾਨਾ ਬੱਬੂ ਫਿਰ ਪਾ ਕਬੱਡੀ ਹਜ਼ਰ ਕਹਿੰਦੇ ਨੌਜਵਾਨ ਇਸ ਵੇਲੇ ਅਗਲੀ ਕਬੱਡੀ ਪਾਉਂਦਾ ਆ ਬਟਰੋਖਾ ਪਿੰਡ ਹੈ ਕਹਿੰਦੇ ਨੌਜਵਾਨ ਦਾ ਸੰਗਰੂਰ ਦੇ ਲਾਗੇ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਹੁਣ ਸਾਹਮਣੇ ਨੌਜਵਾਨ ਗੱਗੀ ਹੋਣੀ ਗਿਆਨੀ ਹੋਣੀ
ਨਾਲੇ ਨੌਜਵਾਨ ਮੇਰੇ ਵੀਰੇ ਸੁਲੇ ਕਹਿੰਦੇ ਗੱਗੀ ਟਰਾਈ ਕਰਦਾ ਹੋਇਆ, ਮੇਰੇ ਵੀਰੇ ਗੱਗੀ ਟਰਾਈ ਕਰਦਾ ਹੋਇਆ, ਪਰ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਅਗਲਾ ਮੈਚ ਸੇਖਿਆ ਤੇ ਜਲਾਲ ਦਾ ਆਉਣਾ ਹੈ। ਸੇਖਾ ਤੇ ਜਲਾਲ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਸੇਖਾ ਤੇ ਜਲਾਲ ਦੀਆਂ ਟੀਮਾਂ ਨੂੰ ਬੇਨਤੀ ਹੈ, ਉਧਰ ਜਿੰਨੀਆਂ ਵੀ ਮਾਨਯੋਗ ਸੰਗਤਾਂ ਇਸ ਟੂਰਨਾਮੈਂਟ ਨੂੰ 365 ਦੇ ਜ਼ਰੀਏ ਤੱਕ ਰਹੀਆਂ ਨੇ, ਸਾਰੀਆਂ ਸੰਗਤਾਂ ਦਾ, ਸਾਰੇ ਅੰਨ ਵਾਲੇ ਵੀਰਾਂ ਦਾ ਧੰਨਵਾਦ ਹੈ। ਮੇਰੇ ਵੀਰੋ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ ਵੀਰ ਆਪਣੇ ਵੀਰਾਂ ਦਾ ਜਿਹੜਾ ਟੂਰਨਾਮੈਂਟ ਤੱਕ ਰਹੇ ਨੇ। ਉਧਰ ਦੇਖੋ ਮੇਰੇ ਵੀਰੋ ਨੌਜਵਾਨ ਗੋਰਾ ਇਸ ਵੇਲੇ ਮੇਰੇ ਵੀਰੋ ਅਲੀਪੁਰ ਖਾਲਸੇ ਪਿੰਡ ਦਾ ਨੌਜਵਾਨ ਕੱਢਦਾ ਹੋਇਆ ਟਰਾਈ ਤੇ ਪੁਆਇੰਟ ਜਿਹੜਾ ਜਾਫੀ ਦਾ ਹੈ, ਪੁਆਇੰਟ ਜਿਹੜਾ ਜਾਫੀ ਨੇ ਇਸੇ ਜੁੜਦਾ ਹੋਇਆ। ਉਧਰ ਬਾਈ ਕੁਲਦੀਪ ਬੜਿੰਗ ਜੀ ਮਨੀਲਾ ਤੋਂ ਸਾਡਾ ਸਤਿਕਾਰਯੋਗ ਵੀਰ 11,000 ਰੁਪਏ ਉਹਨਾਂ ਨੇ, ਇੱਕ ਬੇਨਤੀ ਹੈ, ਉਹ ਸਾਡੇ ਵਿਚਕਾਰ ਪਹੁੰਚ ਵੀ ਚੁੱਕਿਆ, ਧੰਨਵਾਦ। ਸਿਰਫ 5 ਮਿੰਟ ਜਿਹੜੇ ਸਾਡੇ ਕੋਈ ਸਤਿਕਾਰਯੋਗ ਵੀਰ ਰਹਿੰਦੇ ਟਰਾਫੀ ਵਾਲੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀਰ ਜੀ ਵੀ ਆ ਕੇ ਲੈ ਜਾਓ, ਕਿਉਂਕਿ ਫਿਰ ਉਹਦੇ ਬਾਅਦ ਜੇ ਕਿਸੇ ਦੀਆਂ ਰਹਿ ਗਈਆਂ ਟਰਾਫੀਆਂ ਉਹ ਸਾਡੇ ਕੋਲ ਲਿਸਟ ਹੈਗੀ ਆ, ਉਹਨਾਂ ਦੀਆਂ ਘਰੇ ਫੜਾਈਆਂ ਜਾਣਗੀਆਂ, ਕਿਉਂਕਿ ਉਹਦੇ ਬਾਅਦ ਮੈਚਾਂ ਦਾ ਆਪਾਂ ਆਨੰਦ ਮਾਣਨਾ। ਬਾਈ ਰੁਪਿੰਦਰ ਵੀ ਆ ਗਿਆ, ਉਹਨੂੰ ਵੀ ਆ ਗਏ ਸਾਡੇ ਵੀਰ, ਤੇ ਅਗਲੀ ਗੱਲ ਗੋਪੀ ਜੀ ਤੇ ਠੀਕ ਹੈ ਬਾਈ। ਪੁਆਇੰਟ ਜਿਹੜਾ ਨੌਜਵਾਨ ਗੱਗੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ, ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਇੱਕ ਪੁਆਇੰਟ ਦਾ ਵਾਧਾ ਕੀਤਾ ਹੈ। ਚੱਲ ਵੀ ਜਵਾਨਾਂ ਫਿਰ ਪਾ ਅਗਲੀ ਕਬੱਡੀ, ਹਾਦਰ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਫਿਰ ਵਾਧਾ ਹੋਇਆ ਮੈਦਾਨ ਦੇ ਵਿੱਚ। ਕਹਿੰਦੇ ਨੌਜਵਾਨ ਹੁਣ 4 ਜਾਫੀ ਨੇ, ਕਿਹੜਾ ਬੇਬੇ ਦੀ ਸ਼ਕੀਨ ਪੁੱਤ, ਕਿਹੜੇ ਨੌਜਵਾਨ ਨੇ ਚੂਰੀਆਂ ਕੁੱਟ ਕੁੱਟ ਕੇ ਖਵਾਈਆਂ ਨੇ, ਕਿਹਦੀ ਬੇਬੇ ਨੇ। ਪਰ ਉਧਰ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜੁੜਦਾ ਹੋਇਆ, ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਹੋਇਆ। ਇਧਰ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਮਾਣੂ ਕੇ ਸੰਧੂ ਵਰਸ ਜੱਬੂਵਾਲ, ਇਹ ਵੀ ਟੀਮਾਂ ਜਲਦੀ ਆ ਜਾਣ, ਮਾਣੂ ਕੇ ਸੰਧੂ ਵਰਸ ਜੱਬੂਵਾਲ। ਇਧਰ ਨੌਜਵਾਨ ਮੇਰੇ ਵੀਰ ਉਸ ਵੇਲੇ ਬਟਰੁੱਖੇ ਬਣਦਾ, ਕਹਿੰਦੇ ਬੱਬੂ ਕਬੱਡੀ ਬਣਦਾ ਹੋਇਆ, ਕਦੇ ਲਸਾੜੇ ਵਾਲੇ ਵੀ ਆ, ਕਦੇ ਜਲਾਲ ਵਾਲੇ ਵੀ ਆ ਗੱਲਾਂ ਨੇ। ਪਰ ਇਧਰ ਨੌਜਵਾਨ ਕਹਿੰਦੇ ਇਸ ਵੇਲੇ ਗੱਗੀ ਨੇ ਕਹਿੰਦੇ ਇਸ ਮੈਚ ਦਾ ਚੌਥਾ ਜਾਫਾ ਲਾਇਆ, ਦਰਸ਼ਕ ਵੀਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ, ਕਹਿੰਦੇ ਜਾਫੀ ਦੇ ਨਾਂ ਤੇ ਨੌਜਵਾਨ ਨੇ ਇਸ ਮੈਚ ਦਾ ਕਹਿੰਦੇ ਚੌਥਾ ਜਾਫਾ ਲਾਇਆ ਮੈਦਾਨ ਦੇ ਵਿੱਚ, ਕਹਿੰਦੇ ਠੁੱਲੀ ਵਾਲੀ ਨੇ। ਹਾਜ਼ਰ ਨੌਜਵਾਨ ਕਹਿੰਦੇ ਚਰਨੇ ਦੀ ਪੈਂਦੀ ਹੋਈ ਕਬੱਡੀ ਦੇ ਸਾਹਮਣੇ, ਕਹਿੰਦੇ 4 ਬੱਬਰ ਸ਼ੇਰ ਨੇ, ਹੁਣ ਕਿਹੜਾ ਬੇਬੇ ਦਾ ਬਲੀ ਪੁੱਤ, ਕਿਹੜਾ ਬੇਬੇ ਦਾ ਸ਼ਕੀਨ ਪੁੱਤ ਜਫਾ ਲਾਵੇਗਾ ਮੇਰੇ ਪੰਜਾਬੀ ਵੀਰੋ। ਇਹ ਤੇ ਜਿਹੜੀਆਂ ਸਮੇਂ ਦੇ ਮੰਗਲ ਆਉਣੇ ਨੇ। ਉਧਰ ਦੇਖੋ ਮੇਰੇ ਵੀਰੇ, ਕਹਿੰਦੇ 21 ਪੌਣ ਸ਼ਰੀਕ ਤਾਂ 31 ਪਾਉਣੀ ਪੈਂਦੀ ਏ, ਜੇ ਕੋਈ ਖੰਘ ਮਨੌਟੀ ਖੰਘੇ ਖੰਘ ਹਟਾਉਣੀ ਪੈਂਦੀ ਏ। ਹਾਜ਼ਰ ਪੁਆਇੰਟ ਜਿਹੜਾ ਨੌਜਵਾਨ ਮੇਰੇ ਵੀਰ ਆਪਣੀ ਟੀਮ ਦੇ ਹਿੱਸੇ ਜੋੜਦਾ ਆ, ਮੈਂ ਵੀ ਅਮਰਜੀਤ ਫਿਰ ਪਾ ਕਬੱਡੀ, ਇੱਕ ਵਾਰੀ ਫਿਰ ਤਾੜੀ ਹੋ ਜਾਏ ਦਰਸ਼ਕ ਵੀਰੋ, ਇੱਕ ਵਾਰੀ ਫਿਰ ਤਾੜੀ ਹੋ ਜਾਏ, ਕਿਉਂਕਿ ਅਮਰਜੀਤ ਕੌਡੀ ਪਾਉਣ ਚੱਲੇ ਆ, ਅਮਰਜੀਤ ਕੌਡੀ ਪਾਉਣ ਚੱਲੇ ਆ। ਹਾਜ਼ਰ ਕਹਿੰਦੇ ਅਮਰਜੀਤ ਦੀ ਪੈਂਦੀ ਹੋਈ ਕਬੱਡੀ ਦੇ ਹੁਣ ਫੁੱਲੀ ਵਾਲੀ ਆ, ਕਿਹੜਾ ਨੌਜਵਾਨ ਲੋਹਾ ਲਵੇਗਾ ਮੇਰੇ ਵੀਰੇ ਇਸ ਵੇਲੇ ਮੈਦਾਨ ਦੇ ਵਿੱਚ। ਉਧਰ ਕਹਿੰਦੇ ਸਾਹਮਣੇ ਕਹਿੰਦੇ ਅਮਰਜੀਤ ਦੀ ਪੈਂਦੀ ਹੋਈ ਕਬੱਡੀ ਤੇ ਪੰਜਵਾਂ ਜਫਾ ਲਾਤਾ ਦਰਸ਼ਕ ਵੀਰੇ, ਤਾੜੀ ਮਾਰਦੇ ਖੁੱਲ ਗਏ, ਕਹਿੰਦੇ ਪੰਜਵਾਂ ਜਫਾ ਲਾਤਾ ਮੁੰਡੇ ਨੇ ਆਪਣੀ ਟੀਮ ਦੇ ਸੋਚ, ਪੰਜਵਾਂ ਜਫਾ ਲਾ ਚੁੱਕਿਆ। ਅਗਲਾ ਮੈਚ ਮਾਣੂ ਕੇ ਸੰਧੂ ਵਰਸ ਜਾਬੂਵਾਲ, ਮਾਣੂ ਕੇ ਸੰਧੂ ਵਰਸ ਜਾਬੂਵਾਲ ਦੀਆਂ ਟੀਮਾਂ ਆ ਜਾਣ, ਮਾਣੂ ਕੇ ਸੰਧੂ ਵਰਸ ਜਾਬੂਵਾਲ, ਮਾਣੂ ਕੇ ਸੰਧੂ ਵਰਸ ਜਾਬੂਵਾਲ ਦੀਆਂ ਟੀਮਾਂ ਨੂੰ ਬੇਨਤੀ ਹੈ। ਇਧਰ ਮੈਚ ਜਿਹੜਾ ਸਮਾਪਤ ਹੋ ਚੁੱਕੇ ਹੈ, ਮਾਣੂ ਕੇ ਸੰਧੂ ਵਰਸ ਜਾਬੂਵਾਲ ਦੀਆਂ ਟੀਮਾਂ ਨੂੰ ਬੇਨਤੀ ਹੈ, ਉਹ ਵੀ ਵੀਰ ਜਿਹੜੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ, ਮਾਣੂ ਕੇ ਸੰਧੂ ਵਰਸ ਜਾਬੂਵਾਲ ਦੀਆਂ ਟੀਮਾਂ ਨੂੰ ਬੇਨਤੀ ਹੈ, ਕਿਉਂਕਿ ਲਿਸਟ ਦੇ ਵਿੱਚ ਥੋੜਾ ਫੇਰ ਬਦਲਾਅ ਹੋਇਆ ਹੈ। ਆਪਣਾ ਗੋਪੀ ਇੱਕ ਤਾਂ ਯਾਰ ਟੀਮ ਹੀ ਭੁਲੇਖਾ, ਦੋ ਕੁ ਟੀਮਾਂ ਦਾ ਨਾ
ਜਿਹੜੀ ਮਲੇਰਕੋਟ ਦੇ ਕੋਲੇ ਫਰਵਾਹੀ ਇੱਕ ਤਾਂ ਉੱਥੇ ਤੁਰੀ ਫਿਰਦੀ ਹੈ ਜੇ ਇਹ ਬੇਨਤੀ ਹੈ ਕੋਈ ਨਾ ਮਾਫੀ ਜੀ ਉਹਨਾਂ ਨੇ ਮੁੰਡਿਆਂ ਤੋਂ ਜਿਹੜਾ ਮੈਚ ਥੋੜਾ ਬਹੁਤਾ ਕਿਉਂਕਿ ਟਾਈਮ ਦੇ ਨਾਲ ਤੁਸੀਂ ਐਡਜਸਟਮੈਂਟ ਕਰ ਲਓ ਵੀਰੇ ਬਾਕੀ 1100 ਦੇ ਵਿੱਚ ਮਾਨਯੋਗ ਸਰਦਾਰ ਪਹਿਲੇ ਮੈਚ ਦੇ ਵਿੱਚੋਂ ਜੰਡ ਸਰ ਖੁੰਦੀਵਾਲ ਦੇ ਪੁਆਇੰਟ ਨੇ 12.5 ਤੇ ਅਲੀਪੁਰ ਖਾਲਸੇ ਦੇ ਪੁਆਇੰਟ ਨੇ 10 ਇਸ ਮੈਚ ਦੇ ਵਿੱਚੋਂ ਜੰਡ ਸਰ ਖੁੰਦੀਵਾਲ ਦੀ ਟੀਮ ਦਰਸ਼ਕ ਵੀਰੋ ਜਿਹੜੀ ਜੇਤੂ ਰਹੀ ਹੈ ਮਾਣੂ ਕੇ ਸੰਧੂ ਵਰਸ ਜੱਬੂਵਾਲ ਬੁੱਧਰੋ ਬਾਈ ਜੱਜ ਰਾਮ ਜੀ ਬਾਜੀਗਰ ਬਸਤੀ ਦੇ ਵਿੱਚੋਂ ਸਾਡੇ ਵੀਰ ਉਹਨਾਂ ਵੱਲੋਂ 1100 ਰੁਪਏ ਦੀ ਜਿਹੜੀ ਮੈਚ ਸੈਦਾ ਗਈ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਤੌਰ ਤੇ ਵੱਡੀ ਮਾਨ ਸਨਮਾਨ ਦੋਨੇ ਟੀਮਾਂ ਫਾਈਨਲ ਕਰਾ ਦੋ ਸਰਵਾਹੀ ਤੇ ਸੇਖਾ ਸਰਵਾਹੀ ਤੇ ਸੇਖੇ ਦੀਆਂ ਟੀਮਾਂ ਆ ਜਾਣ ਉਸ ਤੋਂ ਬਾਅਦ ਜਿਹੜਾ ਫਿਰ ਕਬੱਡੀ ਦਾ ਅਗਲਾ ਮੈਚ ਕਰਵਾਵਾਂਗੇ ਸਾਡੇ ਵੀਰ ਕਹਿੰਦੇ ਕਿਉਂਕਿ ਟੀਮਾਂ ਨੇ ਜਿਹੜੀਆਂ ਵਾਰਮ ਅਪ ਹੋ ਰਹੀਆਂ ਨੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਸੇਖਾ ਦੇ ਨਾਲ ਜਿਹੜਾ ਮੈਚ ਹੈ ਫਾਈਨਲ ਮੈਚ ਕਬੱਡੀ 65 ਕਿੱਲੋ ਦਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਇੱਕ ਸਾਡੇ ਸਤਿਕਾਰਯੋਗ ਵੀਰਾਂ ਨੇ ਮੈਨੂੰ ਦੱਸਿਆ ਕਿਉਂਕਿ ਕੋਈ ਯਾਰ ਬਾਈ ਅਸੀਂ ਚਾਹੁੰਦੇ ਹਾਂ ਵੀ ਕੋਈ ਏਦਾਂ ਦਾ ਨਾਮ ਨਾ ਜਿਹੜਾ ਵੀਰ ਬਾਈ ਜਿਵੇਂ DSP ਬਾਈ ਡਿਪਟੀ ਨਿਰੰਜਨ ਸਿੰਘ ਜੀ ਜੱਸਲ ਉਹਨਾਂ ਦੇ ਭਤੀਜਾ ਜੀ ਬਾਈ ਬਿਕਰ ਸਿੰਘ ਜੀ 1000 ਰੁਪਏ ਸਾਨੂੰ ਫੜਾ ਗਏ ਸੀ ਉਹ ਕੋਲੇ ਆ ਕਿਉਂਕਿ ਸਾਡੇ ਮਿੱਤਰ ਦੇ ਬਾਈ ਇੱਥੇ ਉਹ ਸਾਰੇ ਅਸੀਂ ਰੇਡਾਂ ਤੇ ਲਾਉਣੇ ਆ ਬਾਈ ਸਾਡੇ ਜਗਤਾਰ ਸਿੰਘ ਜੀ UK ਵਾਲੇ ਨੇ 500 ਰੁਪਏ ਫੜਾਇਆ ਸੀ 2 ਜੱਫੇ ਲੱਗੇ ਸੀ ਉਹ ਵੀ ਬਾਕੀ ਆ ਜਿਹੜੇ ਅੱਛਾ ਦਿੱਧ ਜੀ ਟੀਮ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਆ ਕਈ ਵਾਰ ਕਿਉਂਕਿ ਅਸੀਂ ਸਾਰੇ ਜਿਹੜਾ ਇਨਾਮ ਉਹ ਪਲੇਅਰਾਂ ਦਾ ਚਾਹੁੰਦਾ ਵੀ ਜਿਨ੍ਹਾਂ ਦਾ ਇਨਾਮ ਜਿਨ੍ਹਾਂ ਨੂੰ ਦਿੱਤਾ ਜਾਵੇ ਤਾਂ ਸਭ ਤੋਂ ਬੈਟਰ ਹੁੰਦਾ ਬਾਕੀ ਸਾਰੀ ਕਾਰਵਾਈ ਨਾਲ ਦੀ ਨਾਲ ਆ ਹਾਂਜੀ ਬਾਈ ਗੋਪੀ ਜੀ 7 ਟੀਮਾਂ ਮੇਰੀ ਬੇਨਤੀ ਹੈ 65 ਕਿੱਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਆ ਜਾਣ ਸਰਵਾਹੀ ਪਿੰਡ ਤੇ ਸੇਖੇ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਫਾਈਨਲ ਮੈਚ ਦੀਆਂ ਟੀਮਾਂ ਬਹੁਤ ਜਲਦ ਗਰਾਊਂਡ ਦੇ ਵਿੱਚ ਆ ਜਾਣ ਪਹਿਲਾਂ ਜਿਹੜਾ ਫਾਈਨਲ ਮੈਚ ਕਰਵਾਉਣਾ ਮੇਰੀ ਬੇਨਤੀ ਹੈ ਉਹ ਵੀਰ ਜਿਹੜੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਨਿੰਮੇ ਇੱਧਰ ਫਿਰ ਹੈਲੋ ਸਾਰੀਆਂ ਟੀਮਾਂ ਓਪਨ ਦੀਆਂ ਜਿਹੜੀਆਂ ਨੋਟ ਕਰ ਲੈਣ ਹੁਣ ਇੱਕ ਮੈਚ ਜਿਹੜਾ 65 ਕਿੱਲੋ ਦਾ ਫਾਈਨਲ ਹੋਣਾ ਹੈ ਉਸ ਤੋਂ ਬਾਅਦ ਜਿਹੜਾ ਮਾਣੂ ਕੇ ਸੰਧੂ ਵਰਸ ਅੱਬੂਵਾਲ ਬਸੀਆਂ ਵਰਸ ਛੈਣਾ ਹਿੰਮਤਪੁਰਾ ਵਰਸ ਗਿੱਦੜ ਪਿੰਡੀ ਭੋਤਨਾ ਵਰਸ ਠੀਕਰੀ ਵਾਲਾ ਜਲਾਲ ਵਰਸ ਸੇਖਾ ਇਹ ਮੈਚ ਹੋਣੇ ਨੇ ਇਹ ਸਾਰੇ ਵੀਰ ਸੁਣ ਲੈਣ ਸਾਡਾ ਬੰਦਾ ਵੀਰ ਫੌਜੀ ਸਾਡੇ ਵਿਚਕਾਰ ਪਹੁੰਚ ਚੁੱਕਿਆ ਉਹਨੂੰ ਬੇਨਤੀ ਹੈ ਕਿ ਸਟੇਜ ਤੇ ਆ ਜਾਏ ਫੌਜੀ ਬਾਈ ਜੀ ਇੱਕ ਮੈਂ ਬੇਨਤੀ ਕਰਦਾ ਵੀ ਟੀਮਾਂ ਸੋਚ ਰਹੀਆਂ ਨੇ ਵੀ ਸਾਡੀ ਟੀਮ ਐਂਟਰ ਹੋ ਗਈ ਤੇ ਸਾਨੂੰ ਖੜਾਇਆ ਜਾਊਗਾ ਬਾਈ ਸਾਡੇ ਕੋਲੇ ਟੀਮਾਂ ਮਿੰਨਤਾਂ ਕਰੀ ਜਾਂਦੀਆਂ ਵਿਚਾਰੀਆਂ ਐਂਟਰ ਹੋਣ ਨੂੰ ਇਹ ਮੈਂ ਬੇਨਤੀ ਕਰਦਾ ਪ੍ਰਬੰਧਕ ਕਮੇਟੀ ਦਾ ਫੈਸਲਾ ਕਾ ਹਾਂ ਵੀ ਕਿਸੇ ਨੂੰ ਕੋਈ ਕਿਰਾਇਆ ਨਹੀਂ ਤੁਸੀਂ ਮੰਗਰੋ ਕਹੋਗੇ ਵੀਰ ਬਣ ਕੇ ਵੀ ਕਈ ਵਾਰ ਟੀਮ ਕਹਿੰਦੇ ਸਾਡੀ ਐਂਟਰੀ ਹੋ ਗਈ ਅਸੀਂ ਆਪਦੇ ਟਾਈਮ ਦੇ ਨਾਲ ਖੇਡਾਂਗੇ ਧਾਕ ਦੇ ਨਾਲ ਖੇਡਾਂਗੇ ਵੀਰੇ ਮੈਂ ਬੇਨਤੀ ਕਰਦਾ ਵੀ ਉਹਨਾਂ ਕੋਲ ਟੀਮਾਂ ਪੂਰੀਆਂ ਨੇ ਉਹ ਜਵਾਬ ਦੇਈ ਜਾ ਰਹੇ ਵੀ ਐਂਟਰੀ ਨਹੀਂ ਕਰਨੀ ਉੱਥੋਂ ਤੁਹਾਡੀ ਟੀਮ ਮੇਰੀ ਬੇਨਤੀ ਹੈ 65 ਕਿੱਲੋ ਦੀਆਂ ਦੋਨੋਂ ਟੀਮਾਂ ਸੇਖਾਂ ਤੇ ਫਰਵਾਹੀ ਦੀਆਂ ਟੀਮਾਂ ਨੂੰ ਲਾਸਟ ਜਿਹੜਾ 1 ਮਿੰਟ ਦਾ ਸਮਾਂ ਨਹੀਂ ਤਾਂ ਫਿਰ ਫਾਈਨਲ ਓਪਨ ਦੇ ਨਾਲ ਮੈਚ ਕਰਵਾਵਾਂਗੇ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਲਦੀ ਨਾਲ ਆ ਜਾਣ ਸੇਖਾ ਤੇ ਫਰਵਾਹੀ ਇੱਧਰ ਮਾਣੂ ਕੇ ਸੰਧੂ ਦੀ ਸ਼ਾਇਦ ਟੀਮ ਜਿਹੜੀ ਗਰਾਊਂਡ ਵਿੱਚ ਆ ਚੁੱਕੀ ਹੈ
ਦੀਪਾ ਬੁਰਜ ਪਿੰਡ ਦਾ ਉਹ ਵੀਰ ਜਿਹੜਾ ਗਰਾਊਂਡ ਵਿੱਚ ਆ ਚੁੱਕਿਆ ਹੈ। ਮੇਰੀ ਬੇਨਤੀ ਹੈ ਮਾਣੂ ਕੇ ਸੰਧੂ ਤੇ ਅੱਬੂਵਾਲ ਜਿਹੜਾ 65 ਕਿਲੋ ਦੇ ਫਾਈਨਲ ਮੈਚ ਤੋਂ ਬਾਅਦ ਹੋਵੇਗਾ, ਫਰਵਾਹੀ ਤੇ ਸੇਖੇ ਦੀਆਂ ਟੀਮਾਂ ਨੂੰ ਲਾਸਟ 1 ਮਿੰਟ ਦਾ ਸਮਾਂ, ਮੈਂ ਵੀ ਬਾਈ ਹੁਣ ਤੇ ਅੱਧਾ ਮਿੰਟ ਲਾ ਲਾ, ਜੇ ਟੀਮਾਂ ਆ ਗਈਆਂ ਤਾਂ ਮੈਚ ਕਰਵਾ ਦਾਂਗੇ, ਨਹੀਂ ਫਿਰ ਉਪੰਦਾ ਤੇ ਦੋਨੇ ਫਾਈਨਲ ਜਿਹੜੇ ਇਕੱਠੇ ਕਰਵਾਵਾਂਗੇ। ਮੇਰੀ ਬੇਨਤੀ ਹੈ ਵੀਰ ਜਿਹੜੇ ਨੋਟ ਕਰ ਲੈਣ, ਸੇਖਾ ਤੇ ਫਰਵਾਹੀ 65 ਕਿਲੋ ਦਾ ਮੈਚ ਹੈ। ਮੇਰੀ ਬੇਨਤੀ ਹੈ ਭਰਾਵੋ ਜਲਦੀ ਨਾਲ ਆ ਜਾਓ, ਜਲਦੀ ਨਾਲ ਆ ਜਾਓ, ਦਰਸ਼ਕ ਤੁਹਾਨੂੰ ਦੇਖਣ ਨੂੰ ਖੜੇ ਨੇ। ਮੇਰੀ ਬੇਨਤੀ ਹੈ ਇੱਦਾਂ ਨਾ ਕਰਿਆ ਕਰੋ, ਪਿੰਡ ਦੀ ਟੀਮ ਹੈ ਫਰਵਾਹੀ ਪਿੰਡ ਦੀ, ਕਿਉਂ ਨਹੀਂ ਆ ਰਹੇ ਇਹ ਵੀਰ ਜਿਹੜੇ, ਜਲਦੀ ਨਾਲ ਆ ਜਾਣ। ਸੇਖੇ ਵਾਲੇ ਤਾਰੀ ਹੋਣੀ ਕਾਕੇ ਹੋਣੀ 1 ਮਿੰਟ ਤੋਂ ਪਹਿਲਾਂ ਪਹਿਲਾਂ ਆਪਣੀ ਟੀਮ ਲੈ ਕੇ ਆ ਜਾਣ, ਨਹੀਂ ਤਾਂ ਫਿਰ ਦੋਨੇ ਫਾਈਨਲ ਰਾਤ ਨੂੰ ਕਰਵਾਵਾਂਗੇ 12 ਵਜੇ। ਤੁਹਾਨੂੰ ਪਤਾ ਵੀਰ, ਮੇਰੀ ਬੇਨਤੀ ਹੈ ਜਲਦੀ ਨਾਲ ਆ ਜਾਓ। ਉਹਦੇ ਇੱਕ ਟੀਮ ਜਿਹੜੀ ਆ ਰਹੀ ਹੈ ਵੈਲੀ ਹੋਣੀ ਲੈ ਵੀ ਪਹਿਲੀ ਮਿਲ ਬਾਅਦ ਚ ਨਹੀਂ ਭਰਾਵਾ, ਪਹਿਲਾਂ ਆਪਾਂ ਮੈਚ ਖੇਡਣ ਲਈ ਗਰਾਊਂਡ ਵਿੱਚ ਆ ਜਾਈਏ। ਇੱਧਰ ਵੀਰ ਜਿਹੜੇ ਆ ਰਹੇ ਨੇ, ਫਰਵਾਹੀ ਦੀ ਟੀਮ ਜਿਹੜੀ ਆ ਚੁੱਕੀ ਹੈ ਸੇਖੇ ਪਿੰਡ ਦੇ, ਸੇਖੇ ਪਿੰਡ ਦੇ ਪਲੇਅਰ ਜਿਹੜੇ ਜਲਦੀ ਨਾਲ ਆ ਜਾਣ, ਫਰਵਾਹੀ ਦੀ ਟੀਮ ਆ ਗਈ ਹੈ। ਮੇਰੀ ਬੇਨਤੀ ਹੈ ਇੱਧਰ ਓਪਨ ਦੀਆਂ ਵੀ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਰਹੀਆਂ ਨੇ। ਸਾਰੇ ਵੀਰਾਂ ਦਾ ਧੰਨਵਾਦ। ਅਮਰਦੀਪ ਸਾਡਾ ਵੀਰ ਘਾਰੂਕਿਆਂ ਵਾਲਾ, ਜਿਹੜੇ ਵੀਰ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦੇ ਰਹੇ ਨੇ, ਮੇਰੀ ਬੇਨਤੀ ਹੈ ਸਾਡੇ ਭਰਾਵਾਂ ਕੋਲ ਜਿਹੜੇ ਕਿੰਨੂ ਪੁੱਜਦੇ ਕਰਦੇ ਹਨ, ਸੇਖਾ ਤੇ ਫਰਵਾਹੀ ਲੈ ਗਈ ਬੈਲੀ ਤੂੰ ਇੱਥੇ ਖੜਾ ਸੀ ਆ ਜਾ ਯਾਰ। ਇੱਧਰ ਜਿਹੜਾ ਹੁਣ ਮੈਚ ਅੱਬੂਵਾਲ ਤੇ ਮਾਣੂ ਕੇ ਸੰਧੂ, ਜੇ ਮਾਣੂ ਕੇ ਸੰਧੂਆਂ ਦੀ ਪੂਰੀ ਟੀਮ ਆ ਗਈ ਤਾਂ ਖੜਾ ਕਰ ਦੇਣ। ਮਾਣੂ ਕੇ ਸੰਧੂ ਦੀ ਜਿਹੜੀ ਪੂਰੀ ਟੀਮ ਆ ਚੁੱਕੀ ਹੈ, ਅੱਬੂ ਵਾਲੀਏ ਵੀਰ ਵੀ ਜਿਹੜੇ ਜਲਦੀ ਨਾਲ ਗਰਾਊਂਡ ਵਿੱਚ ਆ ਜਾਣ। ਫਰਵਾਹੀ ਤੇ ਸੇਖੇ ਦੀਆਂ ਟੀਮਾਂ ਕਿਉਂ ਨਹੀਂ ਆ ਰਹੀਆਂ, ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਇਹ ਵੀਰ ਜਿਹੜੇ ਜਲਦੀ ਦੇ ਨਾਲ ਹੀ ਗਰਾਊਂਡ ਵਿੱਚ ਆ ਜਾਣ। ਨਿੰਮਾ ਸੇਖਾ ਜੀ ਉਹ ਵੀ ਜਿਹੜੇ ਗਰਾਊਂਡ ਲੱਗੇ ਆ ਜਾਣ, ਬੇਨਤੀ ਹੈ ਵੀਰ ਨੂੰ। ਨਿੰਮਾ ਸੇਖਾ ਜੀ, ਰਵਿੰਦਰ ਜਲਾਲ ਜੀ, ਸਾਰੇ ਭਰਾਵਾਂ ਦਾ ਧੰਨਵਾਦ ਹੈ। ਗੋਪੀ ਮੈਂ ਥੋੜਾ ਲੇਟ ਕਰ ਮੁੰਡਾ ਘਰੇ ਗਿਆ ਹੈ। ਗੋਪੀ ਗੇਲੋਂ ਜੀ ਤੁਸੀਂ ਐਂ ਕਰੋ, ਕਾਂਤੀ ਤਾਜੋਗਿਆਂ ਵਾਲੇ ਨੂੰ ਵੀ 2-4 ਮੈਚਾਂ ਦੀ ਹਾਜ਼ਰੀ ਅੰਦਰ ਲਵਾ ਦਿਓ ਤੇ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਹੋ ਜਾਊ ਸਟੇਜ ਤੇ, ਠੀਕ ਹੈ? ਫਿਰ ਅਸੀਂ ਗਰਾਊਂਡ ਦੀਆਂ ਅੱਬੂਵਾਲ ਦੀ ਟੀਮ ਨੂੰ ਬੇਨਤੀ ਹੈ ਉਹ ਵੀ ਜਿਹੜੇ ਜਲਦੀ ਨਾਲ ਆ ਜਾਣ। ਅੱਬੂਵਾਲ ਦੀ ਟੀਮ ਨੂੰ ਬੇਨਤੀ ਹੈ, ਬਾਕੀ ਇਹਨਾਂ ਦੇ ਪਲੇਅਰਾਂ ਨੂੰ। ਮੈਂ ਵੀ ਬਾਈ ਕਿਹੜਾ ਪਿੰਡ ਆ ਤੇਰਾ, ਮਾਣੂਕਿਆਂ ਦੀ ਸਾਰੀ ਟੀਮ ਗਰਾਊਂਡ ਦੇ ਵਿੱਚ ਹੈ, ਅੱਬੂਵਾਲ ਦੀ ਟੀਮ ਨੂੰ ਬੇਨਤੀ ਹੈ ਉਹ ਜਲਦੀ ਆ ਜਾਣ। ਹਾਂਜੀ, ਇੱਕ ਹੋਰ ਬੇਨਤੀ ਹੈ ਸਾਡੇ ਦਰਸ਼ਕ ਵੀਰਾਂ ਦੇ ਚਰਨਾਂ 'ਚ ਵੀ ਆਹ ਜਿਹੜਾ ਪ੍ਰਬੰਧ ਇੱਥੇ ਚਾਹ ਪਾਣੀ ਦਾ ਕੀਤਾ ਗਿਆ ਇਹ ਸਿਰਫ ਸਾਡੇ ਸਹਿਯੋਗੀ ਸੱਜਣ ਜਿਨ੍ਹਾਂ ਨੇ ਕਲੱਬ ਨੂੰ ਵੱਡਾ ਸਹਿਯੋਗ ਦਿੱਤਾ ਜਾਂ ਸਾਡੇ NRI ਸੱਜਣ ਇਸ ਸਟੇਜ ਤੇ ਉਹਨਾਂ ਦੇ ਲਈ ਪ੍ਰਬੰਧ ਹੈ। ਵੀਰ ਬਣ ਕੇ ਪਲੀਜ਼ ਦਰਸ਼ਕ ਵੀਰ ਜਿਹੜੇ ਜਾਲ ਵਗੈਰਾ ਟੱਪ ਕੇ ਅੰਦਰ ਆ ਜਾਂਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਤੁਹਾਡੇ ਲਈ ਲੰਗਰ ਜਿਹੜਾ ਖੁੱਲ੍ਹਾ ਚੱਲ ਰਿਹਾ ਸੰਤ ਬਾਬਿਆਂ ਦੇ ਡੇਰੇ ਦੇ ਵਿੱਚ ਬਾਬਾ ਉੱਤਰਦੇਵ ਜੀ ਤੇ ਉੱਥੇ ਸੱਕ ਸਕਦੇ ਹੋ ਤੁਸੀਂ ਤੇ ਹਾਂਜੀ ਹੈਲੋ ਉਧਰ ਜਸਪਾਲ ਬਾਜਵਾ ਜੀ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ। ਗੁਰਮੇਲ ਸਿੰਘ ਜੀ ਥਿੰਦ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਸਾਡੇ ਵੀਰ ਜਸਪਾਲ ਬਾਜਵਾ ਤੇ ਗੁਰਮੇਲ ਥਿੰਦ ਸਾਡੇ ਸਤਿਕਾਰਯੋਗ ਨੇ ਵਿਸ਼ੇਸ਼ ਤੌਰ ਤੇ ਪੁੱਜਿਆ, ਧੰਨਵਾਦ ਆ। ਸਟੇਜ ਤੇ ਆ ਜਾਣ, ਅੱਬੂਵਾਲ ਦੀ ਟੀਮ ਨੂੰ ਬੇਨਤੀ ਹੈ ਉਹ ਜਲਦੀ ਨਾਲ ਆ ਜਾਣ। ਰਵੀ ਭਾਈ 1 ਮਿੰਟ ਤੋਂ ਬਾਅਦ ਜਿਹੜੀ ਅੱਬੂਵਾਲ ਦੀ ਟੀਮ ਕੱਟ ਦੇਣੀ ਹੈ, ਬੱਸੀਆਂ ਤੇ ਸਹਿਣੇ ਦੀਆਂ ਟੀਮਾਂ ਜਲਦੀ ਆ ਜਾਣ। ਬੱਸੀਆਂ ਤੇ ਸਹਿਣਾ ਇਹ ਟੀਮਾਂ ਜਿਹੜੀਆਂ ਜਲਦੀ ਆ ਜਾਣ। ਅੱਬੂਵਾਲ ਦੀ ਟੀਮ ਨੂੰ 1 ਮਿੰਟ ਦਾ ਸਮਾਂ ਦੇ ਰਹੇ ਆ, 1 ਮਿੰਟ ਚ ਆ ਗਏ ਠੀਕ ਹੈ, ਨਹੀਂ ਮਾਣੂ ਕੇ ਸੰਧੂ ਦੀ ਟੀਮ ਨੂੰ ਜਿਹੜਾ ਵਾਕ ਓਵਰ ਦੇ ਦਿੱਤਾ ਜਾਣਾ ਹੈ ਉਹ
ਉਸ ਤੋਂ ਬਾਅਦ ਬੱਸੀਆਂ ਤੇ ਸਹਿਣਾ, ਬੱਸੀਆਂ ਤੇ ਸਹਿਣੇ ਦੀਆਂ ਟੀਮਾਂ ਜਲਦੀ ਆ ਜਾਣ, ਬੱਸੀਆਂ ਤੇ ਸਹਿਣੇ ਦੀਆਂ ਟੀਮਾਂ ਇਹ ਅਗਲੇ ਮੈਚ ਦੀਆਂ ਟੀਮਾਂ ਨੇ, ਇਹ ਵੀ ਜਲਦੀ ਆ ਜਾਣ। ਉਸ ਤੋਂ ਬਾਅਦ ਹਿੰਮਤਪੁਰਾ ਤੇ ਗਿੱਦੜਵਿੰਡੀ, ਭੋਤਨਾ ਤੇ ਠੀਕਰੀ ਵਾਲਾ, ਜਲਾਲ ਤੇ ਸੇਖੇ ਦੀਆਂ ਟੀਮਾਂ ਦਾ ਮੈਚ ਖੇਡੇ ਜਾਣੇ ਨੇ। ਮੇਰੀ ਬੇਨਤੀ ਹੈ ਪਲੇਅਰ ਜਿਹੜੇ ਸਾਡਾ ਸਾਥ ਦੇਣ, ਸਮਾਂ ਜਿਹੜਾ ਬਹੁਤ ਚੁੱਕਿਆ ਹੈ, ਮੇਰੀ ਬੇਨਤੀ ਹੈ ਓਪਨ ਦਾ ਮੈਚ ਹਜੇ ਇੱਕ ਹੋਇਆ ਹੈ, ਇੰਨੀਆਂ ਹਾਕਾਂ ਜਿਹੜੀਆਂ ਮਾਰ ਮਾਰ ਕੇ ਤੁਹਾਨੂੰ ਭਰਾਵੋ ਤੁਹਾਨੂੰ ਆਪ ਹੀ ਚਾਹੀਦਾ। ਹੈਦਰ ਜਿਹੜੇ ਵੀਰ ਨੇ ਕਲੱਬ ਕੀਤਾ ਸੀ, ਇਹ ਵੀਰ ਜਿਹੜਾ ਸੰਗਤ ਦਾ ਗੇੜਾ ਲਾ ਰਿਹਾ ਹੈ, ਗੋਪੀ ਵੀਰ, ਗੋਪੀ ਵੀਰ ਇੱਕ ਸਕਿੰਟ, ਡਾਕਟਰ ਹਰਪ੍ਰੀਤ ਸਿੱਧੂ ਜੀ ਆਪਣੇ ਕਾਂਤੀ ਨਾਲ ਸੰਪਰਕ ਕਰ ਲੈਣ ਵੀਰ ਦੇ ਨਾਲ, ਡਾਕਟਰ ਹਰਪ੍ਰੀਤ ਜੀ ਜਿੱਥੇ ਵੀ ਆਵਾਜ਼ ਸੁਣਦੇ ਹੈ। ਨਾਲ ਹੀ ਗੋਪੀ ਤੂੰ ਵੀ ਹੁਣ ਬ੍ਰਦਰ ਚਾਹ ਪਾਣੀ ਪੀ ਲਓ, ਆਪਾਂ ਕਾਂਤੀ ਜੀ ਨੂੰ ਛੱਡਦੇ ਹਾਂ ਖੇਡ ਮੈਦਾਨ 'ਚ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਡਿਊਟੀਆਂ ਲੱਗਣਗੀਆਂ ਉਸੇ ਤਰ੍ਹਾਂ ਆਪਾਂ ਸਾਰੇ ਵੀਰ ਹਾਜ਼ਰੀਆਂ ਨਿਭਾਉਂਦੇ ਜਾਵਾਂਗੇ ਖੇਡ ਮੈਦਾਨ ਦੀਆਂ, ਤੇ ਸਟੇਜ ਦੀਆਂ ਕਾਰਵਾਈਆਂ ਦੇ ਲਈ ਦਾਸ ਹੈਗਾ, ਤੇ ਕਾਂਤੀ ਚੱਲ ਵੀ ਗਰਾਊਂਡ 'ਚ ਹੁਣ ਅੱਬੂਵਾਲ ਜੀ, ਅੱਬੂਵਾਲ ਦੀ ਟੀਮ ਵੀ ਜਿਹੜੀ ਗਰਾਊਂਡ ਵਿੱਚ ਆ ਚੁੱਕੀ ਹੈ, ਟੀਮਾਂ ਵੀ ਸੱਦ ਲਓ। ਉਸ ਤੋਂ ਬਾਅਦ ਜਿਹੜਾ ਮੈਚ ਹੋਣਾ ਬੱਸੀਆਂ ਤੇ ਸਹਿਣਾ, ਬੱਸੀਆਂ ਤੇ ਸਹਿਣਾ ਮੈਚ ਸ਼ੁਰੂ ਹੋਇਆ ਨੀ, ਆਵਾਜ਼ਾਂ ਪਹਿਲਾਂ ਦੇਣ ਲੱਗ ਗਏ ਭਰਾਵੋ। ਮੇਰੀ ਬੇਨਤੀ ਹੈ ਮੈਚ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੀ ਗਰਾਊਂਡ ਵਿੱਚ ਤੁਸੀਂ ਆ ਸਕੋ, ਮੇਰੀ ਬੇਨਤੀ ਹੈ। ਇਹਦੇ ਜਿਹੜੇ ਵੀਰ ਨੇ ਕਰਤੱਵ ਕੀਤਾ ਸੀ, ਹੈਂਡੀਕੈਪਟ ਵਿਚਾਰਾ ਸੰਗਤ ਦਾ ਗੇੜਾ ਲਾ ਰਿਹਾ ਹੈ, ਥੋੜੇ ਤੋਂ ਥੋੜਾ ਵੱਧ ਗੋਪੀ ਜੀ ਜ਼ਰੂਰ ਮਾਨ ਸਨਮਾਨ ਕਰਨਾ ਹੈ। ਗੋਪੀ ਜੀ ਸਾਡੇ ਪ੍ਰਧਾਨ ਜੀ ਰਾਮ ਸਿੰਘ ਨੇ ਦੱਸਿਆ ਵੀ ਆਪਣੇ ਕੋਲ ਟੀਮਾਂ ਵਾਧੂ ਰਹਿਗੀਆਂ ਓਪਨ ਦੀਆਂ, ਟੀਮਾਂ ਵਾਲੇ ਐਂਟਰੀ ਵਾਸਤੇ ਮਿੰਨਤਾਂ ਕਰਦੇ ਨੇ ਵੀਰ ਬਣ ਕੇ, ਜਿਹੜੀ ਟੀਮ ਗਰਾਊਂਡ 'ਚ ਹਾਕਾਂ ਜਾਂ ਮਰਵਾਈ ਜਾਂਦੀ ਹੈ ਗੱਡੀ ਚਾੜ ਦਿਓ, ਉਹਨਾਂ ਨੂੰ ਕੱਟ ਕੇ ਉਹ ਬੇਸ਼ੱਕ ਇਹ ਪ੍ਰਬੰਧਕੀ ਕਮੇਟੀ ਦਾ ਫੈਸਲਾ ਹੈ ਵੀ ਕਿਸੇ ਨੂੰ ਬਾਹਲੀਆਂ ਹਾਕਾਂ ਨਹੀਂ ਮਾਰਨੀਆਂ, ਜਿਹੜੇ ਇੱਕ ਅੱਧਾ ਮਿੰਟ ਦੇਣਾ ਦੇ ਦਿਓ, ਜੇ ਨਹੀਂ ਆਉਂਦੇ ਤਾਂ ਅਗਲਾ ਮੈਚ ਕਰਾ ਲਓ, ਟੀਮਾਂ ਵਾਧੂ ਨੇ। ਇਸ ਕਰਕੇ ਬੇਨਤੀ ਹੈ ਥੋੜਾ ਜਿਹਾ ਤੁਸੀਂ ਧਿਆਨ ਦਿਆ ਕਰੋ, ਧੰਨਵਾਦ ਹੈ ਸਾਰੇ ਸਤਿਕਾਰਯੋਗ ਸੱਜਣਾਂ ਦਾ, ਜਿੰਨੇ ਵੀ ਦੂਰੋਂ ਨੇੜੇ ਦਰਸ਼ਕ ਵੀਰ ਇਸ ਖੇਡ ਮੇਲੇ ਦੇ ਉੱਤੇ ਪੁੱਜੇ ਹੈ, ਆਪ ਸਭ ਦਾ ਧੰਨਵਾਦ ਹੈ। ਧੰਨ ਧੰਨ ਬਾਬਾ ਥੰਮਣ ਸਿੰਘ ਜੀ ਸਪੋਰਟਸ ਕਲੱਬ ਦੇ ਬੰਨੀਓ, ਉੱਧਰ ਕਬੱਡੀ ਦੇ ਸਟਾਰ ਖਿਡਾਰੀ ਜਿਹੜੇ ਖੇਡ ਮੈਦਾਨ ਦੇ ਵਿੱਚ ਆ ਚੁੱਕੇ ਹੈ, ਜਾਣ ਪਹਿਚਾਣ ਕਰਾਊ ਸਾਡਾ ਵੀਰ ਗੋਪੀ ਕੇਲੋ ਤੇ ਨਾਲ ਸਾਡਾ ਬਾਈ ਕਾਂਤੀ ਤਾਜੋਗੇ, ਜਿਹਨਾਂ ਦਾ ਅੱਜ ਸਰਬਾ ਵੈਲਜੀਅਮ ਸਾਡਾ ਵੀਰ ਹੈ, ਉਹਨਾਂ ਬੰਦਿਓ ਕਹਿੰਦੇ 5100 ਰੁਪਏ ਨਾਲ ਕਾਂਤੀ ਤੇਰਾ ਸਨਮਾਨ ਹੋਣਾ ਹੈ। ਬਿਲਕੁਲ ਜੀ ਬਿਲਕੁਲ, ਤੇ ਰਪਿੰਦਰ ਜਲਾਲ ਦਾ ਜਿਹੜਾ ਮੋਟਰਸਾਈਕਲ ਦੇ ਨਾਲ, ਸੰਧੂ ਭਰਾਵਾਂ ਦਾ ਤੇ ਦਾਸ ਦਾ ਜਿਹੜਾ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸਨਮਾਨ ਹੋਣਾ ਹੈ ਉੱਧਰ। ਹਾਂਜੀ ਬਹੁਤ ਬਹੁਤ ਧੰਨਵਾਦ ਆ ਸਾਡੇ ਸਤਿਕਾਰਯੋਗ ਮਿੱਤਰਾਂ ਦਾ ਜਿੰਨੇ ਵੀ ਵਿਸ਼ੇਸ਼ ਤੌਰ ਤੇ ਆਏ ਨੇ, ਕਿਉਂਕਿ ਆਹ ਜਿਹੜਾ ਮੈਚ ਆਪਾਂ ਦੇਖਣਾ ਗਾ ਅੱਬੂਵਾਲ ਦੀ ਟੀਮ ਤੇ ਮਾਣੂ ਕੇ ਸੰਧੂਆਂ ਦੀ ਟੀਮ ਦਾ, ਸਾਡੇ ਸਤਿਕਾਰਯੋਗ ਵੀਰ ਹੈਲੋ, ਬਹੁਤ ਬਹੁਤ ਧੰਨਵਾਦ ਸਾਰੀ ਸਤਿਕਾਰਯੋਗ ਸਾਡੀ ਸੰਗਤ ਦੇ ਸਾਡੇ ਮਿੱਤਰਾਂ ਦਾ, ਕਿਉਂਕਿ ਓਪਨ ਦੇ ਮੈਚਾਂ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਮੇਰੇ ਪੰਜਾਬੀ ਵੀਰੋ, ਜਿੰਨੇ ਵੀ ਤੁਸੀਂ ਦਾਇਰੇ ਤੇ ਬੈਠੇ ਹੋ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਕਬੂਲ ਆ। ਆਹ ਜਿਹੜਾ ਮੈਚ ਲੱਗਣਾ ਗਾ ਹੁਣ ਮਾਨੂ ਕੇ ਸੰਧੂਆਂ ਦੀ ਟੀਮ ਤੇ ਅੱਬੂਵਾਲ ਦੀ ਟੀਮ ਦਾ ਮੈਚ ਹੁਣ ਤੁਸੀਂ ਵੇਖ ਰਹੇ ਹੋ, ਜਿਹੜੇ ਦਾਇਰੇ ਤੇ ਮੇਰੇ ਦਰਸ਼ਕ ਵੀਰ ਬੈਠੇ ਨੇ, ਜਿਹੜੀ ਮਾਨੂ ਕੇ ਸੰਧੂਆਂ ਦੀ ਟੀਮ ਜ਼ਿਲ੍ਹਾ ਲੁਧਿਆਣੇ ਦੀ ਟੀਮ ਆ ਉਹ ਖੇਤਾਂ ਵਾਲੀ ਸਾਈਡ ਆ ਗਈ ਹੈ, ਉਹਨਾਂ ਦੇ ਜਿਹੜੇ ਮੈਂ ਦੇਖਦਾ ਵੀ ਦੂਜੇ ਸਤਿਕਾਰਯੋਗ ਸਾਡੇ ਵੀਰ ਅੱਬੂਵਾਲ ਵਾਲੇ ਨੌਜਵਾਨ ਉਹ ਇਸ ਸਾਈਡ ਆ ਗਏ, ਕਿਉਂਕਿ ਮੈਨੂੰ ਪ੍ਰਬੰਧਕਾਂ ਨੇ ਇਹ ਗੱਲ ਕਹੀ ਹੈ ਵੀ ਪਹਿਲੇ ਰਾਊਂਡ ਦੇ ਵਿੱਚ
ਸਾਡੇ ਸਤਿਕਾਰਯੋਗ ਟੀਮਾਂ ਨੂੰ ਬੇਨਤੀ ਹੈ ਵੀ ਉਹ ਛੇਤੀ ਆਓ ਜਿਹੜੀਆਂ ਪਹਿਲੇ ਰਾਊਂਡ ਦੇ ਵਿੱਚ। ਪਹਿਲਾ ਪੁਆਇੰਟ ਗੋਬਿੰਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਅੱਬੂਵਾਲ ਦੀ ਟੀਮ ਦੇ ਵੱਲੋਂ ਕਬੱਡੀ ਪੈ ਰਹੀ ਆ, ਬੱਸੀਆਂ ਦੀ ਟੀਮ ਤੇ ਸੈਣਾ, ਹਿੰਮਤਪੁਰਾ ਤੇ ਗਿੱਦੜਵਿੰਡੀ, ਭੋਤਨਾ ਤੇ ਠਿਕਰੀਵਾਲ, ਜਲਾਲ ਦੀ ਟੀਮ ਤੇ ਸੇਖਾ, ਇਹ ਟੀਮਾਂ ਦੇ ਮੈਚ ਜਿਹੜੇ ਆਪਣੇ ਆਪਣੇ ਮੁਕਾਬਲੇ ਲਈ ਜਿਹੜੀਆਂ ਟੀਮਾਂ ਤਿਆਰ ਹਨ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵਸਤੀ ਲੋਕੋ ਜਿੰਦ ਜਾਨ ਪੰਜਾਬੀਆਂ ਦੀ, ਵਾਂਗ ਮਸਾਲਾ ਚਿਹਰੇ ਦੱਗਦੇ ਨੇ ਭਲਵਾਨਾਂ ਦੇ ਵਿੱਚ, ਮੈਦਾਨੀ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ। ਇੱਧਰ ਕਹਿੰਦੇ ਰਵੀ ਅੱਬੂਵਾਲ ਦੀ ਧਰਤੀ ਦਾ ਆਪਣੀ ਟੀਮ ਦੇ ਲਈ ਪਹਿਲਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ, ਪਹਿਲੀ ਗਵਿੰਦੇ ਨੇ ਕਬੱਡੀ ਪਾਈ ਤੇ ਨਾਲ ਮੈਂ ਦੇਖਦਾ ਵੀ ਦੂਸਰੀ ਮਾਨੂ ਕੇ ਸੰਧੂਆਂ ਵੱਲੋਂ। ਲੋ ਇਧਰਲੇ ਪਾਸੇ ਜਗਸੀਰ ਸਿੰਘ ਜੱਸਾ, ਇੱਕ ਪਾਸੇ ਅੱਬੂਵਾਲ ਦਾ ਨੌਜਵਾਨ, ਲੰਬੇ ਕੱਦ ਵਾਲਾ ਨੌਜਵਾਨ, ਕਹਿੰਦੇ ਕੇਵਲ ਭਗਤੇ ਦੇ ਤਰ੍ਹਾਂ ਨੌਜਵਾਨ ਦਾ ਜਿਹੜਾ ਭੁਲੇਖਾ ਪੈਂਦਾ ਗਾ, ਪਰ ਜਿਹੜਾ ਗੱਭਰੂ ਮੈਂ ਦੂਸਰੇ ਪਾਸੇ ਦੇਖਦਾ ਵੀ ਜੱਸਾ ਆਪਣੀ ਟੀਮ ਦੇ ਮਾਣੂ ਕੇ ਸੰਧੂਆਂ ਦੇ ਲਈ ਇੱਕ ਅੰਕ ਦਾ ਜਿਹੜਾ ਵਾਅਦਾ ਹੋਰ ਕਰਦਾ ਹੋਇਆ। ਅਗਲੇ ਮੈਚ ਲਈ ਬੱਸੀਆਂ ਦੀ ਟੀਮ ਦੇ ਸੈਣਾ, ਬਾਈ ਰੁਪਿੰਦਰ ਜਲਾਲ ਨੂੰ ਬੇਨਤੀ ਹੈ ਵੀ ਚਾਹ ਪਾਣੀ ਪੀ ਕੇ, ਕਿਉਂਕਿ ਇਕੱਲੇ ਇਕੱਲੇ ਪ੍ਰੇਰਣ ਦਾ ਸਾਰਿਆਂ ਦਾ ਉਹਨਾਂ ਦੇ ਵੇਰਵਾ ਆਪਣੇ ਨਾਲ ਸਾਂਝੇ ਕਰਨੇ ਆ, ਕਿਉਂਕਿ ਜਿਹੜੀਆਂ ਟੀਮ ਦੇ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਬੱਸੀਆਂ ਵਾਲੇ ਨਾਲ ਤੇ ਸੈਣੇ ਦਾ ਮੈਚ ਹੈ, ਵੀ ਜਿਹੜੀ ਟੀਮ ਦਾ ਮੈਚ ਨਹੀਂ ਹੁੰਦਾ ਉਹ ਗਰਾਊਂਡ ਤੋਂ ਕਿਰਪਾ ਕਰਕੇ ਸਾਈਡ ਤੇ ਰਿਹਾ ਕਰੋ। ਇਧਰਲੇ ਪਾਸੇ ਗਵਿੰਦੇ ਵਰਗੇ ਨੌਜਵਾਨ ਸਾਡੇ ਸਤਿਕਾਰਯੋਗ ਵੀਰ ਕਹਿੰਦੇ ਆਹ ਗੱਭਰੂ ਜਿਹੜੇ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ, ਗੁੰਮਟੀ ਦੇ ਕਬੱਡੀ ਕੱਪ ਦੇ ਕਹਿੰਦੇ ਚਰਚਾ ਕਰਾਉਣ ਵਾਲਾ ਖਿਡਾਰੀ ਗਵਿੰਦਾ ਮਾਨੂ ਤੇ ਸੰਧੂਆਂ ਵਾਲਾ ਅੱਗੇ ਨੂੰ ਵਾਧਾ ਹੋਇਆ, ਉਧਰ ਅੱਬੂਵਾਲ ਦੇ ਖਿਡਾਰੀ ਚਾਹ ਰਹੇ ਜਿਹੜੇ ਸਾਡੇ ਨੌਜਵਾਨ ਵੀਰ। ਮੈਂ ਬੇਨਤੀ ਬੱਸੀਆਂ ਦੀ ਟੀਮ ਦੇ ਨੌਜਵਾਨ ਸੰਦੀਪ ਵਰਗੇ ਨਾਲ ਟਵਿੰਗ ਤੋਂ ਕਾਲਸਾ ਵਾਲਾ, ਉਹਨਾਂ ਦੇ ਨਾਲ ਮੈਂ ਦੇਖਦਾ ਵੀ ਸਾਡੇ ਸਤਿਕਾਰਯੋਗ ਵੀਰ ਦੋ ਪਲੇਅਰ ਬਾਹਰਲੇ ਪਿੰਡਾਂ ਦੇ, ਤੀਜੀ ਕਬੱਡੀ ਜਿਹੜੀ ਬਦਲਵੀ ਆ ਅੱਬੂਵਾਲ ਦਾ ਰਣਦੀਪ ਸਿੰਘ ਰਵੀ ਅੱਗੇ ਨੂੰ ਵਧਿਆ ਹੋਇਆ, ਆ ਗਏ ਨੇ ਖਿਡਾਰੀ, ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ, ਦੇਖੋ ਬਾਡੀਆਂ ਸ਼ਿੰਗਾਰੀਆਂ, ਉਹ ਲੱਗਣਾ ਮੈਦਾਨ ਵਿੱਚ ਜ਼ੋਰ ਅੱਡੀ ਚੋਟੀ ਦਾ, ਕੌਡੀ ਤੋਂ ਵੀਰਾ ਬਣ ਜੇ ਜਿਹਨੂੰ ਲੱਗ ਜੇ ਇਸ ਕਬੱਡੀ ਦਾ, ਥੋੜਾ ਜਿਹਾ ਪਿੱਛੇ ਹਟ ਕੇ ਰਹੋ ਸਾਰੇ ਵੀਰ, ਕਿਉਂਕਿ ਬਾਕਸ ਸਾਡੇ ਬਣੇ ਹੋਏ ਨੇ ਸਾਈਡ ਤੇ। ਕਲੀ ਵਾਲੇ ਵੀਰ ਨੂੰ ਬੇਨਤੀ ਆ ਵੀ ਬਾਕਸ ਬਣਾ ਦਿਓ, ਸੈਣੇ ਦੀ ਟੀਮ ਵੀ ਆ ਗਈ ਹੈ, ਜੱਗੇ ਵਰਗੇ ਨੌਜਵਾਨ ਚਰਨੀ ਵਰਗੇ ਆ, ਇਹਨਾਂ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਪਲੇਅਰ ਨੋਟ ਰੱਖਣ, ਦੋ ਪਲੇਅਰ ਬਾਹਰਲੇ ਪਿੰਡਾਂ ਦੇ ਆ, ਤੀਜੀ ਕਬੱਡੀ ਬਦਲਵੀ ਹੈ, ਮਗਰੋਂ ਕਈ ਵਾਰ ਪਲੇਅਰ ਆ ਕੇ ਰੌਲਾ ਪਾਉਣ ਲੱਗ ਜਾਂਦੇ ਵੀ ਸਾਨੂੰ ਮੈਚ ਦੇ ਕਮੈਂਟਰੀ ਵਾਲੇ ਨੇ ਬੋਲਿਆ ਨੀ ਜਾਂ ਸਾਨੂੰ ਸੁਣਿਆ ਨੀਗਾ। ਉਧਰ ਬੈਸਟ ਸਟੇਟ ਦੇ ਜਾਫੀ ਨੂੰ ਦੋ ਮੋਟਰਸਾਈਕਲ ਦਿੱਤੇ ਜਾਣੇ ਆ, ਉਧਰ ਬਾਈ ਗੁਰਪ੍ਰੀਤ ਸਿੰਘ ਜੀ ਲਵਲੀ ਨਿਊਜ਼ੀਲੈਂਡ ਦੇ ਵਿੱਚ, ਨਾਲ ਬਾਈ ਹੀਰਾ ਸਿੰਘ ਜੀ ਸਾਡੇ ਵੀ ਸਿਰਗਲ ਬੈਲਜੀਅਮ ਦੇ ਵਿੱਚ, ਬਾਈ ਸਰਵਾ ਬੈਲਜੀਅਮ ਦੇ ਵਿੱਚ ਉਹ ਜੁੜ ਚੁੱਕੇ ਸਾਡੇ ਦੇ ਨਾਲ, ਬਾਈ ਕੌਰ ਸਿੰਘ ਜੀ ਸਤਿਕਾਰਯੋਗ, ਬਾਈ ਨਸਿੱਤਰ ਸਿੰਘ ਜੀ, ਬਾਈ ਦਰਸ਼ਨ ਸਿੰਘ ਸਿੱਧੂ, ਹੋਰ ਵੀ ਬਾਈ ਗੁਰਵਿੰਦਰ ਜੌਲ ਵਰਗੇ, ਉਧਰ ਨਾਲ ਸਾਡਾ ਸਤਿਕਾਰਯੋਗ ਵੀਰ ਜਗਤਾਰ ਜੂਕੇ ਦੇ ਵਿੱਚ ਸਾਡਾ ਸਤਿਕਾਰਯੋਗ ਬਿੰਦਰੀ ਵਰਗੇ ਨੌਜਵਾਨ ਬਡਿੰਗ ਸਾਹਿਬ, ਉਹਨਾਂ ਦਾ ਧੰਨਵਾਦ। ਇੱਧਰ ਬਿੰਦਰੀ ਵਰਗੇ ਨੌਜਵਾਨ ਖਿਡਾਰੀਆਂ ਦੀ ਗੱਲ, ਇੱਕ ਪਾਸੇ ਕਹਿੰਦੇ ਵੀ ਨੌਜਵਾਨ ਹੁਣ ਦੇਖਦਾ ਵੀ ਜਫਲ ਲੱਗੂ ਜਾਣਾ ਮਾਨੂ ਕੇ ਸੰਧੂਆਂ ਦੇ ਲਈ, ਹੁਣ ਗੱਲ ਛੋਟੀ ਕਹਿੰਦੇ ਤਾੜੀ ਨੇ ਕਰਨੀ ਹੈ, ਇਹ ਬੱਲੇ ਬੱਲੇ ਹੋ ਗਈ ਮਿੱਤਰੋ, ਇੱਕ ਪਾਸੇ ਮਾਨੂ ਕੇ ਸੰਧੂਆਂ ਵਾਲਾ ਤੇ ਦੂਜੇ ਪਾਸੇ ਅੱਬੂਵਾਲ ਵਾਲਾ, ਹੁਣ ਇੱਥੇ ਰੱਖ ਦੇਖੀ ਵੀ ਨੌਜਵਾਨ ਆ, ਠੀਕ ਹੈ ਡਾਕਟਰ ਤਰਲੋਚਨ ਜੀ ਆਓ ਮਾੜਾ ਜਾ। ਉਧਰ ਬਾਈ ਗੁਰਮੇਲ ਸਿੰਘ, ਜਸਪਾਲ ਬਾਜਵਾ ਜੀ ਮੈਂ ਬੇਨਤੀ ਕਰਦਾ ਆਜੋ ਚਾਹ ਪਾਣੀ ਪੀ ਲਓ, ਸਾਨੂੰ ਭੋਲਾ ਜਸਲ ਡੀਕੀ ਜਾਂਦਾ ਗਾ। ਗਵਿੰਦੇ ਵਰਗੇ ਗਗਨ ਵਰਗੇ ਪਲੇਅਰ, ਕਿਉਂਕਿ ਜਿਹੜੇ ਖਿਡਾਰੀ ਹੈ ਇੱਧਰ ਟੀਮ ਜਿਹੜੀ ਖੇਡਦੀ ਆ, ਇਕੱਲੇ ਇਕੱਲੇ ਪਲੇਅਰਾਂ ਦਾ ਵੇਰਵਾ ਸਾਨੂੰ ਦੱਸਣਾ ਗਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਦੇਖੀ ਮਾੜਾ ਜਾ ਜਿੰਨੀ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਪਲੇਅਰਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਵੇਰਵਾ ਦੱਸੀਏ। ਰਵੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਇੱਕ ਰਵੀ ਆਲੂਵਾਲ ਢੇਰੀਆਂ ਦੀ ਧਰਤੀ ਦਾ ਮੇਰੇ ਮਿੱਤਰੋ, ਉਧਰ ਕਬੱਡੀ 365 ਵਾਲੇ ਮਿੱਠੂ ਵਰਗੇ ਨੌਜਵਾਨ ਲੱਖੀ ਵਰਗੇ, ਹੁਣ ਦੇਖਦੇ ਵੀ ਗੱਭਰੂ ਜਫਲ ਲਾਊ ਜਾਣਾ ਮਾਰੂ ਕੇ ਸੰਧੂਆਂ ਵਾਲਾ ਤੇ, ਪਰ ਰਵੀ ਅੱਬੂਵਾਲ ਵਾਲਾ ਨੌਜਵਾਨ ਇੱਕ ਅੰਕ ਦਾ ਜਿਹੜਾ ਹੋਰ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ।
ਹੈਲੋ, ਕਿਉਂਕਿ ਮੈਂ ਦੇਖਦਾ ਵੀ ਸਾਡੇ ਪਲੇਅਰਾਂ ਦਾ ਵਿਰਵਾ ਨੌਜਵਾਨ ਸਤਿਕਾਰਯੋਗ ਰਵੀ ਅਰਗੇ ਤੀਜੀ ਕਬੱਡੀ ਬਦਲਵੀ ਹੈ ਬਾਈ ਕਈ ਨੋਟ ਚ ਇੱਕ ਕੰਨੀ ਦੇ ਕਹਿੰਦੇ ਮੈਂ ਦੇਖਦਾ ਵੀ ਗੱਗੀ ਮੱਲੇ ਪਿੰਡ ਵਾਲਾ ਤੇ ਉਰਲੇ ਪਾਸੇ ਦੀਪਾ ਕਹਿੰਦੇ ਬੁਰਜ ਪਿੰਡ ਵਾਲਾ ਕਬੱਡੀ ਪੈ ਰਹੀ ਆ ਅੱਬੂ ਵਾਲ ਵਾਲੋ ਮੁੰਡੇ ਦੇ ਡੌਲੇ ਉੱਤੇ ਕਹਿੰਦੇ ਖਣਵਾਏ ਹੋਏ ਨੇ ਵੱਖਰੇ ਸਟਾਈਲ ਟੈਟੂ ਖਣਵਾਏ ਹੋਏ ਨੇ ਉਰਲੇ ਪਾਸੇ ਕਹਿੰਦੇ ਦੀਪਾ ਨੌਜਵਾਨ ਬੁਰਜ ਵਾਲਾ ਤੇ ਪਾਲੇ ਪਾਸੇ ਗੱਗੀ ਮੱਲੇ ਵਾਲਾ ਮਾਰਨੇ ਵਿਚਾਲੇ ਮਾਰੂ ਕੇ ਸੰਧੂਆਂ ਦੇ ਦੋ ਜਾਫੀ ਨੇ ਇੱਕ ਵਜੀ ਵਰਗੇ ਖਿਡਾਰੀ ਪਰ ਜਦੋਂ ਤਕੜਾ ਜਾਫੀ ਕਹਿੰਦੇ ਜੱਫਾ ਲਾ ਜਾਵੇ ਤਾਂ ਉਦੋਂ ਜਿਹੜਾ ਨਾਲ ਵਾਲਾ ਉਹਦਾ ਵੀ ਦਿਲ ਪੈ ਜਾਂਦਾ ਵੀ ਮੈਂ ਵੀ ਜੱਫਾ ਲਾਊਂਗਾ ਫੜੇ ਨੇ ਪੱਟ ਲੱਗਿਆ ਜ਼ੋਰ ਹੁਣ ਇੱਕ ਪਾਸੇ ਮੁੰਡਾ ਕਹਿੰਦੇ ਅੱਬੂ ਵਾਲ ਵਾਲਾ ਤੇ ਦੂਜੇ ਪਾਸੇ ਮਾਰੂ ਕੇ ਸੰਧੂਆਂ ਵਾਲਾ ਇਹ ਪੁਆਇੰਟ ਜਾਫੀ ਦੇ ਲਈ ਜੁੜਦਾ ਹੋਇਆ ਪੁਆਇੰਟ ਜਾਫੀ ਦੇ ਲਈ ਜੁੜਦਾ ਹੋਇਆ ਲੈ ਵੀ ਦੱਸਿਆ ਮਾਰੂ ਕੇ ਸੰਧੂਆਂ ਵਾਲਾ ਅੱਗੇ ਨੂੰ ਵੱਧ ਕਾਂਤੀ ਆ ਇੱਕ ਬੇਨਤੀ ਕਰਦੀ ਵੀ ਆਪਣੀ ਸਟੇਜ ਤੇ ਜਿਹੜੇ ਵਾਧੂ ਸਾਡੇ ਦਰਸ਼ਕ ਸੱਜਣ ਨੇ ਹਾਂਜੀ ਉਹ ਕੁਰਸੀਆਂ ਤੇ ਨਾ ਬੈਠਣ ਕਿਉਂਕਿ ਇਹ ਕੁਰਸੀਆਂ ਸਾਡੇ ਦਾਨੀ ਸੱਜਣਾ ਵਾਸਤੇ ਨੇ ਪ੍ਰਬੰਧਕੀ ਕਮੇਟੀ ਵੱਲੋਂ ਜਿਹੜਾ ਦਰਸ਼ਕਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਪਲੀਜ਼ ਜਿਹੜੇ ਸਾਡੇ ਸੱਜਣਾਂ ਨੇ ਸਾਨੂੰ ਸਹਿਯੋਗ ਦਿੱਤਾ ਇਹ ਕੁਰਸੀਆਂ ਉਹਨਾਂ ਵਾਸਤੇ ਆ ਸਟੇਜ ਤੇ ਬਿਲਕੁਲ ਜੀ ਕਿਉਂਕਿ ਸਾਡੇ ਗੈਸਟ ਬਹੁਤ ਦੂਰੋਂ ਦੂਰੋਂ ਆਉਣ ਵਾਲੇ ਆ ਸੰਪਰਕ ਕਰੇ ਡਾਕਟਰ ਹਰਪ੍ਰੀਤ ਉਹਨਾਂ ਦੇ ਨਾਲ ਇੱਕ ਮਿੰਟ ਜੀ ਮੇਰਾ ਡਾਕਟਰ ਹਰਪ੍ਰੀਤ ਫੋਨ ਆ ਰਿਹਾ ਮੇਰੇ ਕੋਲੇ ਤੂੰ ਮਾੜਾ ਅਟੈਂਡ ਕਰੀ ਮੇਰੇ ਫੋਨ ਤੋਂ ਫੋਨ ਲਾਲਾ ਮੁੰਡੇ ਉਹਦੇ ਕੋਲੇ ਸ਼ਾਹ ਜੰਗੀਆਣੀ ਦੀ ਟੀਮ ਦਾ ਆ ਚੁੱਕੀ ਆਪਣੇ ਕੋਲੇ ਉਧਰਲੇ ਪਾਸੇ ਦੀਪੇ ਵਰਗੇ ਨੌਜਵਾਨ ਇੱਕ ਪਾਸੇ ਦੀਪੇ ਵਰਗੇ ਖਿਡਾਰੀਆਂ ਦੀ ਆਪਾਂ ਗੱਲ ਕਰਦੇ ਆ ਰਵੀ ਦੀ ਕਬੱਡੀ ਪਾ ਰਹੀ ਆ ਐਨ ਮੁੰਡਾ ਡੱਕ ਕੇ ਜੱਫਾ ਲਾਉਂਦਾ ਹੋਇਆ ਇਹ ਮੇਰੇ ਪੰਜਾਬੀ ਵੀਰੋ ਖਿੱਚਦਾ ਹੋਇਆ ਨੌਜਵਾਨ ਓ ਵਾਹ ਵੇ ਰਵੀ ਸਿੰਘ ਲੈ ਵੀ ਗਵਿੰਦਿਆ ਪਾ ਕਬੱਡੀ ਅਗਲੇ ਮੈਚ ਲਈ ਬੱਸੀਆਂ ਤੇ ਸਹਿਣਾ ਹਿੰਮਤਪੁਰਾ ਦੇ ਗਿੱਦੜਵਿੰਡੀ ਠੀਕ ਹੈ ਬਾਈ ਉਹ ਤੁਸੀਂ ਦੱਸਣਾ ਜਿੱਦਾਂ ਕਹੋਗੇ ਆਪਾਂ ਨਾਲ ਦੀ ਨਾਲ ਕਹੋਗੇ ਆਹ ਨੌਜਵਾਨ ਇੱਕ ਪਾਸੇ ਕਹਿੰਦੇ ਵੀ ਮੁੰਡਾ ਹੁਣ ਵੱਡੇ ਜੇ ਕੱਦ ਵਾਲਾ ਜੱਫਾ ਲਾਊ ਜਾਣਾ ਗਵਿੰਦੇ ਨੂੰ ਇਹ ਐਵੇਂ ਨਹੀਂ ਕਹਿੰਦੇ ਹੁੰਦੇ ਜਿਹਨੇ ਵੱਡੀ ਗੱਡੀ ਮਿੱਤਰਾ ਚਲਾ ਲਈ ਵੀ ਛੋਟੀ ਗੱਡੀ ਨਹੀਂ ਚੱਲਦੀ ਉਹ ਤੋਂ ਛੋਟੀ ਗੱਡੀ ਨਹੀਂ ਚੱਲਦੀ ਕਿਉਂਕਿ ਭੋਲਾ ਜੱਸਲ ਜਿਹੜਾ ਵੱਡੀ ਗੱਡੀ ਦੇ ਚੱਲਣਾ ਟਰਾਲੇ ਦੇ ਹੱਥ ਫਿਰ ਮਰੂਤੀ ਚਲਾਉਣੀ ਬੜੀ ਔਖੀ ਹੈ ਇਹ ਨੌਜਵਾਨਾਂ ਦੀ ਗੱਲ ਇੱਧਰ ਗੋਲੂ ਪੰਜ ਗਰਾਈਆਂ ਦਾ ਭੁਲੇਖਾ ਪੈਂਦਾ ਉਹ ਵੀ ਆਪਣੇ ਕੋਲੇ ਆ ਗਿਆ ਮੁੰਡਾ ਸੰਦੀਪ ਵਰਗੇ ਮੁੰਡਿਆਂ ਨੇ ਮੈਨੂੰ ਦੱਸਿਆ ਬਾਈ ਰੁਪਿੰਦਰ ਜਲਾਲ ਵੀ ਪਹੁੰਚ ਚੁੱਕਿਆ ਅਮਨ ਲੋਪੋ ਵੀ ਆਉਣ ਵਾਲਾ ਇਧਰਲੇ ਪਾਸੇ ਛੋਟੇ ਬੱਜੀ ਵਰਗੇ ਦੀਪੇ ਵਰਗੇ ਖਿਡਾਰੀ ਹੈ ਇੱਕ ਪਾਸੇ ਮਾਨੂ ਕੇ ਸੰਧੂਆ ਦੀ ਟੀਮ ਅਤੇ ਅੱਬੂਵਾਲ ਦੀ ਟੀਮ ਦਾ ਮੈਚ ਮੁੰਡਾ ਫਿਰ ਥੋੜੀ ਛੱਟ ਮਹਿਸੂਸ ਕਰਦਾ ਕਿਉਂਕਿ ਮੈਂ ਦੇਖਦਾ ਇਹਨਾਂ ਖਿਡਾਰੀਆਂ ਦੀਆਂ ਗੱਲਾਂ ਅੱਜ ਆਪਾਂ ਮੈਦਾਨਾਂ ਵਿੱਚ ਕਰਨੀਆਂ ਹਿੰਮਤਪੁਰਾ ਭੋਤਨਾ ਤੇ ਠੀਕਰੀ ਵਾਲੀ ਪਿੰਡਾ ਡਾਕਟਰ ਜੀ ਉਹ ਜਿਨ੍ਹਾਂ ਵੱਲੋਂ ਕਿੰਨੂਆਂ ਦੀ ਸੇਵਾ ਕੀਤੀ ਗਈ ਹੈ ਇਸ ਖੇਡ ਮੇਲੇ ਦੇ ਲਈ ਆਏ ਹਾਏ ਹਾਏ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਜਾਣ ਡਾਕਟਰ ਪਿੰਡਾ ਸਿੰਘ ਜੀ ਇੱਧਰ ਦੇਖ ਵੀ ਭੋਲਿਆ ਸਿਆ ਇੱਕਰੇ ਕੈਂਚੀ ਮਾਰੀ ਦੂਜੇ ਨੇ ਲੱਕ ਵਾਲੀ ਤਿਆਰੀ ਚ ਸੀਗਾ ਕਾਂਤੀ ਹਾਂਜੀ ਇੱਕ ਹੋਰ ਖੁਸ਼ਖਬਰੀ ਹੈ ਜਿਹੜੇ ਸਾਡੇ ਸੱਜਣ ਵੱਡਾ ਸਹਿਯੋਗ ਹੈ ਜਿਹਨਾਂ ਦਾ ਕਬੱਡੀ ਕੱਪ ਨੂੰ ਬਿਲਕੁਲ ਜੀ ਬਾਈ ਜਗਤਾਰ ਸਿੰਘ ਜੀ ਜੂਕੇ ਵਾਲੇ ਬਿਲਕੁਲ ਜੀ ਬਾਈ ਸਰਬਾ ਬੈਲਜੀਅਮ ਤੇ ਬਾਈ ਹੀਰੇ ਉਣੀ ਹਾਂਜੀ ਉਹ ਅੱਜ ਲਾਈਵ ਦੇਖੇ ਜਾਂਦੇ ਆ ਖੇਡ ਮੇਲੇ ਨੂੰ ਬਿਲਕੁਲ ਜੀ ਉਹ ਵਧਾਈਆਂ ਦਿੰਦੇ ਆ ਕਹਿੰਦੇ ਬਾਲਾ ਸਿਰਾ ਨਜ਼ਾਰਾ ਆਈ ਜਾਂਦਾ ਤੇ ਇੱਕ ਆਪਣਾ ਬਾਈ ਲਾਲੀ ਜੱਸਲ ਗੋਲੀ ਜੱਸਲ ਜੀ ਦੇ ਬੇਟੇ ਉਹ ਵੀ ਬਾਹਰ ਫੋਰਮ ਦੇ ਵਿੱਚ ਉਹਨਾਂ ਵੱਲੋਂ ਵੀ ਵਧਾਈਆਂ ਆਈਆਂ ਨੇ ਨਗਰ ਨਿਵਾਸੀਆਂ ਨੂੰ ਵਾਹ ਜੀ ਵਾਹ ਬਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰ ਜੀ ਹਾਏ 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 ਇਹਨੂੰ ਕਹਿੰਦੇ ਹੁੰਦੇ ਟਿੰਡਿਆਂ ਨਾਲ ਢੋਲਕੀ ਐਂ ਖੜਕਦੀ ਹੈ ਹੁਣ ਤੂੰ ਦੇਖ ਭੱਜ ਲਿਆ ਮੈਚ ਦੀ ਸਮਾਪਤੀ ਇਹਦੇ ਵਿੱਚੋਂ ਮਾਨੂ ਕੇ ਸੰਧੂਆਂ ਦੀ ਟੀਮ ਜੇਤੂ ਆ ਬਾਈ ਨੋਟ ਕਰੀ ਹਰਦੀਪ ਇੱਧਰ ਸਾਰੇ ਮੁੰਡੇ ਮਾਨੂ ਕੇ ਸੰਧੂਆਂ ਦੇ ਪੁਆਇੰਟ ਮੈਂ ਬੋਲ ਰਿਹਾਗਾ ਸਾਡੇ 12 ਪੁਆਇੰਟ ਨੇ
ਤੇ ਅੱਬੂਵਾਲ ਦੇ 6 ਪੁਆਇੰਟ ਆ ਮਾਨੂ ਕੇ ਸੰਧੂ ਜਿਹੜੀ ਜੇਤੂ ਆ। ਹੁਣ ਜਿਹੜਾ ਮੈਚ ਲੱਗਣਾ ਗਾ ਬੱਸੀਆਂ ਦੀ ਟੀਮ ਤੇ ਸਹਿਣੇ ਦੀ ਟੀਮ ਦਾ ਮੈਚ ਆ ਮੇਰੇ ਮਿੱਤਰੋ, ਬਾਬਾ ਫਲਗੂ ਦਾਸ ਦੀ ਵੱਡੀ ਪਾਰ ਕਿਰਪਾ। ਇੱਧਰ ਮਿੱਡੇ ਵਰਗੇ ਨੌਜਵਾਨ ਆ, ਬਾਈ ਗੁਰਪ੍ਰੀਤ ਵਰਗੇ ਤੋਂ ਟਵਿੰਕਲ ਵਰਗੇ ਆ, ਠੀਕ ਹੈ ਜੀ। ਤੇ ਕਾਂਤੀ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿਉਂਕਿ ਇਸੇ ਗਰਾਊਂਡ ਦੇ ਵਿੱਚ ਗੀਤ ਗਾ ਗਾ ਕੇ ਗੁਲਾਬ ਸਿੱਧੂ ਦੀ ਪਹਿਚਾਣ ਹੁਣ ਦੁਨੀਆ ਭਰ ਦੇ ਵਿੱਚ ਬਣ ਗਈ। ਇਸੇ ਗਰਾਊਂਡ ਤੋਂ ਹੀ ਆਪਣੇ ਇੱਕ ਪਿੰਡ ਦਾ ਮੁੰਡਾ ਹੋਰ ਹੈ ਜਗਵਿੰਦਰ ਸਿੱਧੂ, ਗਰਜੰਟ ਸਰਪੰਚ ਦੇ ਹੈ, ਜਿਹੜਾ ਪੋਤਾ ਵੀ ਹੈ ਉਹਨਾਂ ਦੇ ਸਰਪੰਚਾਂ ਦੇ ਪਰਿਵਾਰ ਚੋਂ, ਬਹੁਤ ਸੋਹਣਾ ਗਾਉਂਦਾ ਮੁੰਡਾ। ਔਰ ਇਹਦਾ ਵੀ ਆਪਾਂ ਗੀਤ ਸੁਣਾਂਗੇ। ਕਾਂਤੀ ਤੇਰੇ ਕੋਲ ਭੇਜਦਾ ਮੈਂ ਮੁੰਡੇ ਨੂੰ, ਜਦੋਂ ਨੋਟ ਜਿਹਾ ਲੱਗਿਆ ਤਾਲਮੇਲ ਕਰ ਲਓ ਤੇ ਜ਼ਰੂਰ ਇਹਦੇ ਮਿੱਠੇ ਬੋਲ ਆਪਾਂ ਸੁਣਨੇ ਆ। ਤੇ ਉੱਧਰ ਅੰਮ੍ਰਿਤ ਚੀਮਾ ਕਬੱਡੀ 25 ਪੇਜ ਵਾਲੇ ਸਾਡੇ ਵੀਰ ਸੁੱਖੇ ਜੈਲਦਾਰੋਨੀ, ਕਬੱਡੀ ਮੇਰੀ ਜਿੰਦ ਜਾਨ ਸਵਰਨ ਢਿੱਲਮਾ ਵਾਲਾ, ਕਬੱਡੀ ਅਨਲਿਮਿਟਡ ਪੇਜ, ਔਰ ਸਾਡੇ ਵੀਰ ਨਿਰਮਲ ਢਿੱਲੋਂ ਕਬੱਡੀ ਹਾਈ ਫਾਈ, ਸਾਰੇ ਵੀਰਾਂ ਦਾ ਵੱਡਾ ਸਵਾਗਤ ਆ ਜਿਹੜੇ ਪੇਜਾਂ ਵਾਲੇ ਸੱਜਣ ਪੁੱਜੇ ਆ ਸਾਡੇ ਦਰਮਿਆਨ। ਹਾਂਜੀ ਕਾਂਤੀ ਜੀ, ਕਾਂਤੀ ਹੈਲੋ, ਉਹ ਕਾਂਤੀ ਬਾਈ ਟਾਈਮ ਘਟਾ ਦੇ ਥੋੜਾ ਜਿਹਾ ਬਾਈ, ਇਹ ਤਾਂ ਆਪਣੇ ਮਿੱਤਰਾਂ ਨੇ ਘਟਾਉਣਾ ਗਾ, ਤੁਸੀਂ ਦੱਸਣਾ ਗਾ। ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ। ਆ ਜਿਹੜਾ ਮੈਚ ਲੱਗਣਾ ਸਹਿਣੇ ਦੀ ਟੀਮ, ਓਕੇ ਜੀ ਬਾਈ, ਉਹ ਤੁਸੀਂ ਦੱਸਣਾ ਗਾ ਕਿਉਂਕਿ ਮੈਂ ਤਾਂ ਬੋਲਣਾ ਗਾ। ਹਾਂ ਡਾਕਟਰ ਤਰਲੋਚਨ ਜੀ, ਬਾਕੀ ਤੁਸੀਂ ਗਲੂਕੋਸ ਲਾਉਣੀਆਂ ਪਲੇਅਰਾਂ ਦੇ, ਕਿਉਂਕਿ ਅਸੀਂ ਤਾਂ ਬੋਲਣਾ ਗਾ। ਨੋਟ ਕਰੋ ਜੀ, ਟੀਮ ਜਿਹੜੀ ਸਹਿਣੇ ਦੀ ਟੀਮ ਮੇਰੇ ਮਿੱਤਰੋ ਪਿੰਡ ਵਾਲੇ ਪਾਸੇ ਸਕੂਲ ਵਾਲੀ ਸਾਈਡ ਆ, ਤੇ ਜਿਹੜੇ ਬੱਸੀਆਂ ਵਾਲੇ ਗੱਭਰੂ ਨੇ, ਲੈ ਵੀ ਆ ਵੀ ਸਵਰਗਵਾਸੀ ਗੁਰਜੰਟ ਸਿੰਘ ਦੇ ਪੋਤਰੇ ਸਾਡੇ ਵੀਰ ਜਗਵਿੰਦਰ ਜੀ, ਬਹੁਤ ਬਹੁਤ ਧੰਨਵਾਦ ਆ ਸਾਡੇ ਮਿੱਤਰ, ਠੀਕ ਹੈ ਜੀ। ਹਾਂਜੀ ਬਾਈ ਮਣੀ ਧੂੜ ਜੀ, ਬਹੁਤ ਬਹੁਤ ਧੰਨਵਾਦ ਆ। ਪਹਿਲੀ ਕਬੱਡੀ ਕਹਿੰਦੇ ਸਹਿਣੇ ਵਾਲਾ ਬੱਬੂ ਪਾ ਰਿਹਾ, ਜਦੋਂ ਬਰਨਾਲੇ ਦਾ ਟੂਰਨਾਮੈਂਟ ਹੋਇਆ ਸਵਿਫਟ ਗੱਡੀ ਮਿਲੀ ਸਾਡੇ ਮਿੱਤਰਾਂ ਨੂੰ। ਇੱਧਰ ਪੀਤੀ ਦੇ ਨਾਲ ਘੁੱਗ ਤੇ ਨਾਲ ਜਾਨੂ ਆ, ਪਰ ਆਪਾਂ ਦੇਖਦੇ ਹਾਂ ਵੀ ਸਾਡੇ ਸਤਿਕਾਰਯੋਗ ਵੀਰ ਬੱਸੀਆਂ ਦੀ ਟੀਮ ਦੇ ਨਾਲ ਜੋ ਟਿਵਿੰਕਲ ਵਰਗੇ ਨਾ ਗੱਗੂ ਵਰਗੇ। ਹਾਂਜੀ ਡਾਕਟਰ ਬਾਈ, 7.5-8 ਕਰਦੇ, ਅਗਲਾ ਕਰਾਂਗੇ ਜੀ, ਇਹ ਤਾਂ ਕਹਿੰਦੇ ਹੋ ਗਿਆ, ਕਿਉਂਕਿ ਮੈਂ ਬੇਨਤੀ ਕਰਦਾ ਵੀ ਸਾਡੇ ਮਿੱਤਰਾਂ ਨੂੰ, ਸਾਡੇ ਸਤਿਕਾਰਯੋਗ ਵੀਰਾਂ ਨੂੰ। ਇੱਧਰ ਚਰਨੀ ਕਹਿੰਦੇ ਦੂਜੇ ਪਾਸੇ ਬੱਸੀਆਂ ਵਾਲਾ ਨੌਜਵਾਨ ਹੁਣ ਗੱਗਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਇੱਕ ਪਾਸੇ ਚਰਨੀ ਨੇ ਫੜਿਆ ਗੁੱਟ, ਚਰਨੀ ਮੁੰਡਾ ਵਧੀਆ ਜਾਫੀ ਬਣੂਗਾ ਛੋਟੀ ਉਮਰ ਚ। ਸਹਿਣੇ ਵਾਲਾ ਇਹ ਲੱਗਿਆ ਜ਼ੋਰ ਖਿੱਚ ਮੁੰਡਿਆ, ਬੱਲੇ 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 ਹੋ ਗਈ ਹੈ, ਦੱਸੋ ਵੀ ਆਉਂਦਾ ਸਵਾ ਤਾੜੀ ਮਾਰ ਕੇ, ਸ਼ਾਬਾਸ਼ ਵਾਹ ਜੀ। ਇਹ ਆਥਣ ਤਾਈ ਅੰਮ੍ਰਿਤ ਸਿਆ ਗੱਲਾਂ ਬਾਤ ਤੁਹਾਡੇ ਨਾਲ ਕਰਨੀ ਆ ਅੰਮ੍ਰਿਤ ਸਾਡਾ, ਕਿਉਂਕਿ ਟੱਲੇ ਵਾਲ ਦੀ ਧਰਤੀ ਦਾ ਲਵਦੀਪ ਸਿੰਘ ਲੱਭੀ। ਉਧਰ ਮੈਂ ਦੇਖਦਾ ਵੀ ਸਾਡਾ ਸਤਿਕਾਰਯੋਗ ਵੀਰ ਪੀਤੀ ਹੈ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਸਾਡਾ ਵੀਰ ਘੁੱਗ, ਪਰ ਦੂਜੇ ਪਾਸੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ, ਆਹ ਮੁੰਡਾ ਕਹਿੰਦੇ ਟਵਿੰਕਲ ਸਾਡੇ ਸਤਿਕਾਰਯੋਗ ਵੀਰ ਕਲਸੀਆਂ ਵਾਲਾ, ਬਹੁਤ ਵਧੀਆ ਖਿਡਾਰੀਆਂ ਦੀ ਗੱਲ, ਕਦੇ ਆਪਾਂ ਦੇਖਦੇ ਵੀ ਬੱਚੇ ਸਾਡੇ ਪੌਮਿਆਂ ਪੜਦੇ, ਟਵਿੰਕਲ ਦੀ ਗੱਲ, ਇਹ ਟਵਿੰਕਲ ਅੱਜ ਬੱਸੀਆਂ ਦੀ ਟੀਮ ਦੇ ਲਈ ਕਬੱਡੀ ਪਾ ਰਿਹਾ। ਉਧਰ ਹਰਮੇਲ ਫੂਲੇਵਾਲ ਦੀ ਧਰਤੀ ਦੇ ਨਾਲ ਕਹਿੰਦੇ ਗੋਪੀ ਹੈ, ਤੇ ਨਾਲ ਮੈਂ ਦੇਖਦਾ ਵੀ ਜੱਗਾ ਦੇ ਉਰਲੇ ਪਾਸੇ ਚਰਨੀ, ਹੁਣ ਮੁੰਡਾ ਕਿਹੜਾ ਜੱਫਾ ਲਾਊਗਾ, ਤੇ ਇਹਦੇ ਪਾਸੇ ਮਣੀ ਧੂੜ ਦਾ ਫੈਸਲਾ। ਕਾਂਤੀ ਹਾਂਜੀ, ਇੱਕ ਹੋਰ ਬੇਨਤੀ ਹੈ ਕਿਉਂਕਿ ਜਿਹੜੀਆਂ ਟੀਮਾਂ ਆਪਣੀਆਂ ਸੱਦੇ ਪੱਤਰ ਵਾਲੀਆਂ ਨੇ, ਹਾਂਜੀ ਉਹਨਾਂ ਟੀਮਾਂ ਦੇ ਚਰਨਾਂ 'ਚ ਬੇਨਤੀ ਹੈ, ਕਿਉਂਕਿ ਟੀਮਾਂ ਇੱਥੇ ਆਈਆਂ ਫਿਰਦੀਆਂ ਨੇ, ਆਪਣੀ ਐਂਟਰੀ ਨਹੀਂ ਜਮ੍ਹਾਂ ਕਰਾਉਂਦੇ। ਬਿਲਕੁਲ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਭਾਈ ਤੁਹਾਨੂੰ ਸੱਦ ਲਿਆ ਠੀਕ ਹੈ, ਪਰ ਤੁਸੀਂ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ, ਤੁਹਾਨੂੰ ਫੇਰ ਅਸੀਂ ਐਂਟਰ ਮੰਨਾਂਗੇ,
ਫੇਰ ਟਾਈਆਂ ਚ ਪਾਵਾਂਗੇ ਨਹੀਂ ਫਿਰ ਦੱਸਿਓ ਨਾ ਫੇਰ ਤਾਂ ਕਿਉਂ ਨੀ। ਹਾਂ ਬਿਲਕੁਲ ਜੀ ਬਿਲਕੁਲ, ਕਾਂਤੀ ਹੋਰ ਆਪਣਾ ਬਾਈ ਗੁਰਪ੍ਰੀਤ ਸਿੰਘ ਲਵਲੀ ਕਾਂਤੀ ਭੋਲਾ ਸਿੰਘ ਜੀ ਜੱਸਲ ਦੇ ਸਪੁੱਤਰ ਨੇ, ਉਹ ਵੀ ਅੱਜ ਫੋਰਮ ਦੇ ਵਿੱਚ ਬੈਠੇ ਲਾਈਵ 365.com ਤੇ ਆਨੰਦ ਮਾਣੀ ਜਾਂਦੇ ਆ। ਹਾਂਜੀ ਬੋਲੋ, ਠੀਕਰੀਆ ਬੁਲਾ ਲਾ। ਪਹਿਲਾਂ ਮੈਂ ਬੇਨਤੀ ਕਰਦਾ ਭੋਦਰਾ ਦੇ ਠੀਕਰੀਆ ਪਹੁੰਚੇ ਜੀ, ਕਿਉਂਕਿ ਤੁਸੀਂ ਮੈਨੂੰ ਦੱਸਿਆ ਕਰੋ ਟੀਮਾਂ ਦਾ ਕਾ ਆਖਦੀ ਹੈ। ਜਿਵੇਂ ਆਪਾਂ ਦੇਖਦੇ ਵੀ ਕਾਂਸਾਂ ਵਾਲਾ ਨੌਜਵਾਨ ਟਵਿੰਕਲ ਕਬੱਡੀ ਪਾ ਰਿਹਾ ਗਾ, ਆਹ ਕਹਿੰਦੇ ਸੈਣੇ ਦੀ ਧਰਤੀ ਦਾ ਜੱਗਾ ਜੰਮਿਆ ਤੇ ਮਿਲ ਵਧਾਈਆਂ ਵੱਡਾ ਹੋਇਆ ਕੌਡੀ ਖੇਡਦਾ। ਨਹਿਰ ਦੇ ਕਿਨਾਰੇ ਟੱਲੇਵਾਲ ਪਿੰਡ ਆ, ਲੱਭੀ ਨਾਗਾ ਨੈਣਾ ਦੇਵੀ ਦੇ ਪਹਾੜ ਵਰਗਾ ਸਰੀਰ ਹੈ, ਅੱਗੇ ਨੂੰ ਵਧੇ ਹੋਇਆ ਮਿੱਤਰੋ। ਉਧਰ ਜਾਨੂ ਜਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਦੂਜੇ ਪਾਸੇ ਟੱਲੇਵਾਲ ਵਾਲਾ ਲੱਭੀ ਆਪਣੀ ਟੀਮ ਦੇ ਲਈ, ਸਹਿਣੇ ਦੀ ਟੀਮ ਦੇ ਲਈ। ਹਾਂਜੀ ਬੀਰੋ, ਕਾਂਤੀ ਜੀ ਇੱਕ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਤ ਬਾਬਾ ਕਰਮ ਸਿੰਘ ਜੀ, ਮਹਾਂਪੁਰਸ਼ਾਂ ਦੇ ਕਰਮ ਚੰਦ ਜੀ, ਸੰਤ ਬਾਬਾ ਕਰਮ ਚੰਦ ਜੀ ਉਹਨਾਂ ਦੇ ਮਹਾਂਪੁਰਸ਼ਾਂ ਦੇ ਡੇਰੇ ਦੇ ਵਿੱਚ ਜਿਹੜਾ ਲੰਗਰ ਬਾਬੇ ਨਾਨਕ ਦਾ 20 ਰੁਪਈਆਂ ਦਾ ਚਲਾਇਆ ਸੀ, ਉਹ ਅੱਜ ਵੀ ਅਟੁੱਟ ਚੱਲ ਰਿਹਾ। ਮਹੰਤ ਰਵੀਦਾਸ ਜੀ, ਮਹੰਤ ਮੇਘਦਾਸ ਜੀ, ਜਿਨ੍ਹਾਂ ਵੱਲੋਂ ਲੰਗਰ ਦੀ ਸੇਵਾ ਹਰ ਸਾਲ ਕੀਤੀ ਜਾਂਦੀ ਹੈ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਮਹਾਂਪੁਰਸ਼ਾਂ ਦਾ। ਤੇ ਡੇਰਾ ਬਾਬਾ ਥੰਮਣ ਸਿੰਘ ਜੀ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਦਾ ਵੀ ਅਸੀਂ ਵੱਡਾ ਧੰਨਵਾਦ ਕਰਦੇ ਹਾਂ। ਠੀਕਰੀਆਲ ਦੇ ਭੋਦਰੇ ਨੂੰ ਬੇਨਤੀ ਹੈ ਜੀ ਗਰਾਊਂਡ ਦੇ ਵਿੱਚ ਆਓ। ਠੀਕਰੀਆਲ ਦੇ ਭੋਦਰੇ ਨੂੰ ਬੇਨਤੀ ਕਰਦਾ ਵੀ ਗਰਾਊਂਡ ਦੇ ਵਿੱਚ ਆਓ। ਪਰ ਦੂਜੇ ਪਾਸੇ ਨੌਜਵਾਨ ਲੋਕ ਟਵਿੰਕਲ ਕਾਲਸਾਂ ਵਾਲਾ ਸੱਜੇ ਬੱਟ ਦੇ ਮਾਰ ਪੋਲੀ ਥਾਪੀ ਅੱਗੇ ਨੂੰ ਵਧਿਆ। ਮੇਰੇ ਮਿੱਤਰੋ ਥੋੜੀ ਜਿਹੀ ਨੌਜਵਾਨਾਂ ਈਕੋ ਘਟਾਲਾ ਸੁਣ ਸਰਵਿਸ ਬਹੁਤ ਵਧੀਆ ਪਿਆਰੀ ਆਵਾਜ਼ ਆ। ਉਧਰ ਚਾਰੇ ਜਾਫੀਆ ਸੈਣੇ ਵਾਲੇ ਪੋਤਰਾ ਦੇ ਠੀਕਰੀਆਲ